नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। तरनतारन पुलिस और लुटेरों के बीच हुई मुठभेड़, गोली लगने से एक लुटेरा हुआ घायल, दूसरा फरार। अमृतसर के गुरु नानकपुरा में दो पक्षों में पुरानी रंजिश को लेकर चली गोलियां, दोनों पक्षों के लोग हुए गंभीर घायल। अमृतसर के थाना गेट हकीमा के अधीन आती पुलिस चौकी गुरुबख्श नगर के नजदीक हुआ धमाका, पुलिस जांच में जुटी। और अब हलचल विस्तार से। तरनतारन में एक कार सवार से पिस्तौल की नोक पर 10,000 रुपए छीनकर फरार हुए लुटेरों का पीछा करते हुए पुलिस और लुटेरों के बीच मुकाबला हो गया। इस दौरान पुलिस कर्मचारी द्वारा बचाव में चलाई गोली लगने से एक लुटेरा घायल हो गया। तो वहीं घायल लुटेरे की पहचान अंग्रेज सिंह के तौर पर हुई है, जबकि उसका दूसरा साथी गुरभेज सिंह फरार होने में कामयाब रहा। फिलहाल दूसरे लुटेरे की तलाश पुलिस कर रही है। लुटेरे से एक देसी कट्टा भी बरामद हुआ है। तो वहीं एसएसपी अभिमन्यु राणा ने बताया कि उन्हें सूचना मिली थी कि मारुति कार में सवार लुटेरे एक अन्य कार सवार से पिस्तौल की नोक पर 10,000 रुपए छीन कर ले गए हैं। सूचना मिलने पर तुरंत थाना हरिके पुलिस ने लुटेरों का पीछा करना शुरू किया। गाँव जिंदावाला के नजदीक लुटेरे कार से बाहर निकलकर नजदीक एक बाग में घुस गए। वहीं जब पुलिस कर्मचारी उनके पीछे गए तो उनमें से एक लुटेरे ने अपने देसी कट्टे से गोलियां चलानी शुरू कर दी, जिसमें से एक गोली पुलिसकर्मी की पगड़ी को छूते हुए निकल गई, जिससे कर्मचारी बाल बाल बचा। जिसके बाद पुलिस ने जवाबी फायरिंग की। गोली एक लुटेरे की टांग में लगी, जो कि घायल हो गया, और उसका दूसरा साथी फरार हो गया। आज जोने के पंप हरिके एक SHO हरिके नूं इनफॉरमेशन मिली सीगी कि आल्टो सवार दे विच दो मुंडे जिहड़े सवार ने, उन्हां ने बंदे कोलों 10,000 रुपए ते उहदी आल्टो गड्डी दी चाबी जिहड़ी खोह के भज्जे आ। उत्थे मौके ते इनफॉरमेशन मिलदी SHO हरिके ने दोषियां दा पिछा कीता ते उत्थों भज्जदे होए इन्हां ने गड्डी जिहड़ी पट्टी वल नूं अपनी मोड़ ली सीगी। नाल ही अगे अपने SHO सदर पट्टी गुरचरण सिंह इन्हां नूं SHO ने इनफॉर्म कीता ਤੇ ਜਦੋਂ ਗੱਡੀ ਦਾ ਪੁਲਿਸ ਪਿੱਛਾ ਕਰ ਰਹੀ ਸੀਗੀ ਤੇ ਉਹ ਇੱਥੇ ਆਪਣੇ ਬਾਗ ਲਾਗੇ ਆ ਕੇ ਕੱਚੀ ਪਟੜੀ ਤੇ ਨਾਲ ਗੱਡੀ ਤਾਰ ਲਈ ਤੇ ਗੱਡੀ ਤੋਂ ਗੱਡੀ ਰੋਕ ਕੇ ਪੁਲਿਸ ਜਦੋਂ ਮਗਰ ਇਹਨਾਂ ਦੇ ਭੱਜੀ ਹੈ ਤੇ ਇਹ ਬਾਗ ਦੇ ਵਿੱਚ ਦੋਵੇਂ ਜਣੇ ਵੜ ਗਏ ਆ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਜੱਪਾ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਇੱਕ ਦੋਸ਼ੀ ਜਿਹੜਾ ਕਿ ਅੰਗਰੇਜ਼ ਸਿੰਘ ਇਹਨੇ ਪੁਲਿਸ ਦਾ ਜਿਹੜਾ PH ਦਾ ਜਵਾਨ ਸੀਗਾ ਉਹਦੇ ਵੱਲ ਸਿੱਧਾ ਫਾਇਰ ਕੀਤਾ, ਜਿਹੜਾ ਕਿ ਉਹਦੀ ਪੱਗ ਤੇ ਲੱਗ ਕੇ ਉਹਦਾ ਬਚਾਅ ਹੋ ਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤੇ ਜਿਹੜਾ ਅੰਗਰੇਜ਼ ਸਿੰਘ ਸੀਗਾ ਇਹਦੀ ਲੱਤ ਦੇ ਵਿੱਚ ਗੋਲੀ ਵੱਜੀ ਤੇ ਇਹਨੂੰ ਕਾਬੂ ਕੀਤਾ ਗਿਆ ਮੌਕੇ ਤੇ, ਤੇ ਇਹਦੇ ਕੋਲੋਂ ਜਿਹੜਾ ਹਥਿਆਰ ਸੀ 32 ਬੋਰ ਦਾ ਉਹ ਬਰਾਮਦ ਹੋਇਆ। ਦੂਜਾ ਦੋਸ਼ੀ ਜਿਹੜਾ ਸੀਗਾ ਗੁਰਬੇਜ ਸਿੰਘ, ਉਹ ਤੁਸੀਂ ਜਿਵੇਂ ਇੱਥੇ ਮੌਕੇ ਤੇ ਵੇਖਿਆ ਕਾਫੀ ਵੱਡਾ ਬਾਗ ਹੈ ਤੇ ਦਰਖਤ ਜਿਹੜੇ ਜੰਗਲ ਇਹਦਾ ਆੜ ਲੈਂਦੇ ਹੋਏ ਮੌਕੇ ਤੋਂ ਵੱਜਣ 'ਚ ਫਰਾਰ ਹੋ ਗਿਆ। ਸਰ ਕੋਈ ਪਰਚੇ ਜਿਹੜੇ ਕੋਈ ਦਰਜੇ ਗਏ ਨੇ ਇਹਨਾਂ ਤੇ ਪਹਿਲਾਂ? ਇਹਨਾਂ ਤੇ 5 ਮੁਕੱਦਮੇ ਆਲਰੇਡੀ ਆਰਮਡ ਲੂਟ ਤੇ ਰੋਬਰੀ ਦੇ ਦਰਜ ਨੇ ਤੇ ਇਹ ਜੇਲ੍ਹ 'ਚ ਵੀ ਰਹਿ ਕੇ ਆਏ ਨੇ। ਇਸ ਤੋਂ ਬਾਅਦ ਇੱਕ 80/24 ਮੁਕੱਦਮਾ ਸੀਗਾ
ਜਿਹੜਾ ਕਿ ਇਹਨਾਂ ਦੇ ਜਿਹਦੇ ਵਿੱਚ ਉਡਿੰਦੇ ਸੀਗੇ ਤੇ ਅੱਜ ਵੀ ਜਦੋਂ ਇਹ ਵਾਰਦਾਤ ਕਰਕੇ ਅੱਜ ਇੱਕ ਵਾਰਦਾਤ ਕਰਕੇ ਭੱਜੇ ਸੀਗੇ ਉਹਦੇ ਵਿੱਚ ਵੀ ਇਹ ਪੁਲਿਸ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਐਨਕਾਊਂਟਰ ਤੋਂ ਬਾਅਦ ਜਿਹੜਾ ਕਿ ਕਾਬੂ ਕੀਤਾ ਗਿਆ। ਸਰ ਕੋਈ ਗੈਂਗ ਨਾਲ ਰਿਲੇਟਡ? ਦੇਖੋ ਹੁਣੇ ਬਿਲਕੁਲ ਅਸੀਂ ਮੌਕੇ ਤੇ ਪਹੁੰਚੇ ਹੀ ਹੈ। ਇਹ ਦੋਵੇਂ ਬੰਦੇ ਦੇ ਕਾਮਨ ਹੀ ਪਰਚੇ ਸੀਗੇ ਤੇ ਇਹਨਾਂ ਨਾਲ ਹੋਰ ਕਿਹੜੇ ਕਿਹੜੇ ਲੁੱਟ ਖੋਹਾਂ ਦੀ ਵਾਰਦਾਤ 'ਚ ਇਨਵੋਲਵ ਸੀਗੇ ਉਹ ਅੱਗੇ ਦੀ ਤਫਤੀਸ਼ ਅਸੀਂ ਕਰਦੇ ਨੇ। ਅੰਮ੍ਰਿਤਸਰ ਕੇ ਥਾਣਾ ਇਸਲਾਮਾਬਾਦ ਕੇ ਅਧੀਨਾਤ ਇਲਾਕੇ ਗੁਰੂ ਨਾਨਕਪੁਰਾ ਮੇ ਪੁਰਾਣੀ ਰੰਜਿਸ਼ ਜੇਕਰ ਦੋ ਪਕਸ਼ੋਂ ਮੇ ਹਿੰਸਕ ਟਕਰਾਵ ਹੋ ਗਿਆ ਜਿਸ ਮੇ ਸਰੇਆਮ ਗੋਲੀਆਂ ਚਲਾਈ ਗਈ ਜਬਕਿ ਦੂਸਰੇ ਪਕਸ਼ ਕੀ ਔਰ ਸੇ ਤੇਜ਼ ਵਾਰ ਹਥਿਆਰੋਂ ਕੇ ਸਵਾਥ ਹਮਲਾ ਕੀਆ ਗਿਆ ਜਿਸ ਮੇ ਦੋਨੋਂ ਪਕਸ਼ੋਂ ਕੇ ਲੋਕ ਘਾਇਲ ਹੋ ਗਏ ਜਿਨ੍ਹੇ ਉਪਚਾਰ ਹੇਤੂ ਨਿੱਜੀ ਹਸਪਤਾਲ ਮੇ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਕੇ ਅਨੁਸਾਰ ਗੁਰਮੀਤ ਸਿੰਘ ਬੋਲਿਆ ਜੋ ਕਿ ਇੱਕ ਸਮਾਜ ਸੇਵਕ ਹੈ ਉਸੇ ਇਲਾਕੇ ਕੇ ਕੁਛ ਲੋਕੋਂ ਦੁਆਰਾ ਮਾਰਾ ਗਿਆ ਜਿਸ ਕਾਰਨ ਵੇ ਗੰਭੀਰ ਰੂਪ ਸੇ ਘਾਇਲ ਹੋ ਗਿਆ। ਤੋਂ ਹੀ ਪਾਰਿਵਾਰਿਕ ਸਦਸਿਓ ਕਾ ਕਹਿਣਾ ਹੈ ਕਿ ਉਸਕੀ ਹਾਲਤ ਗੰਭੀਰ ਬਣੀ ਹੋਈ ਹੈ। ਵਹੀਂ ਦੂਸਰੇ ਪਕਸ਼ ਕਾ ਸਤਬੀਰ ਸਿੰਘ ਨਾਮਕ ਨੌਜਵਾਨ ਵੀ ਘਾਇਲ ਹੋਇਆ ਹੈ। ਉਸਕੇ ਪਾਰਿਵਾਰਿਕ ਸਦਸਿਓ ਕਾ ਕਹਿਣਾ ਹੈ ਕਿ ਗੁਰਮੀਤ ਸਿੰਘ ਬੋਲਾ ਵਹ ਉਸਕੇ ਸਾਥੀਓਂ ਦੁਆਰਾ ਸਤਬੀਰ ਸਿੰਘ ਪਰ ਤੇਜ਼ ਧਾਰ ਹਥਿਆਰੋਂ ਸੇ ਹਮਲਾ ਕਰ ਉਸੇ ਗੰਭੀਰ ਰੂਪ ਸੇ ਘਾਇਲ ਕੀਆ ਗਿਆ ਹੈ ਜਿਸਸੇ ਇਲਾਜ ਕੇ ਲੀਏ ਹਸਪਤਾਲ ਮੇਂ ਭਰਤੀ ਕਰਵਾਇਆ ਗਿਆ। ਤੋਂ ਵਹੀਂ ਘਟਨਾ ਕੀ ਸੂਚਨਾ ਮਿਲਤੇ ਹੀ ਥਾਣਾ ਇਸਲਾਮਾਬਾਦ ਕੇ ਪੁਲਿਸ ਅਧਿਕਾਰੀ ਮੌਕੇ ਪਰ ਪਹੁੰਚੇ ਔਰ ਮਾਮਲੇ ਕੀ ਜਾਂਚ ਸ਼ੁਰੂ ਕੀ। ਇਸ ਅਵਸਰ ਪਰ ਪੁਲਿਸ ਜਾਂਚ ਅਧਿਕਾਰੀ ਨੇ ਬਤਾਇਆ ਕਿ ਦੋ ਪਕਸ਼ੋਂ ਮੇਂ ਵਿਵਾਦ ਹੋਆ ਹੈ। ਦੋਨੋਂ ਪਕਸ਼ੋਂ ਕੇ ਲੋਕ ਗੰਭੀਰ ਰੂਪ ਸੇ ਘਾਇਲ ਹੋਏ ਹੈ ਔਰ ਉਨਕਾ ਇਲਾਜ ਕਰਵਾਇਆ ਗਿਆ ਹੈ। ਫਿਲਹਾਲ ਦੋਨੋਂ ਪਕਸ਼ੋਂ ਕੇ ਬਿਆਨ ਦਰਜ ਕਰ ਮਾਮਲੇ ਕੀ ਜਾਂਚ ਸ਼ੁਰੂ ਕੀ ਗਈ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸਕੇ ਖਿਲਾਫ਼ ਬਣਤੀ ਕਾਰਵਾਈ ਕੀ ਜਾਏਗੀ। ਉਨ੍ਹੋਂਨੇ ਕਿਹਾ ਕਿ ਇਸ ਵਿਵਾਦ ਮੇਂ ਗੋਲੀਆਂ ਚਲੀ ਹੈ ਲੇਕਿਨ ਕਿਤਨੀ ਗੋਲੀਆਂ ਚਲੀ ਹੈ ਇਸ ਬਾਰੇ ਮੇਂ ਪਤਾ ਨਹੀਂ ਚਲ ਪਾਇਆ ਜਿਸਕੇ ਬਾਰੇ ਮੇਂ ਪਤਾ ਲਗਾਇਆ ਜਾ ਰਹਾ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲੀਏ ਸੁਨੀਲ ਖੋਸਲਾ ਕੀ ਰਿਪੋਰਟ। ਮੇਰਾ ਸੰਜੀਵ ਕੁਮਾਰ ਨਾਮ ਹੈ ਜੀ। ਕਿਹੜੇ ਇਲਾਕੇ ਦੀ ਬਾਤ ਹੈ? ਮੈਂ ਗੁਰੂ ਨਾਨਕਪੁਰੇ ਰੋਟੇਸ਼ਾ ਰਹਿੰਦਾ ਜੀ। ਹੋਇਆ ਕੀ ਸੀਗਾ? ਮੇਰੇ ਭੋਲੇ ਦਾ, ਮੈਂ ਭੋਲੇ ਦੇ ਮਾਸੀ ਦਾ ਮੁੰਡਾ ਹੈ ਤੇ ਛਿੰਦੀ ਭਲਵਾਨ ਗੱਡੀ ਕੱਢਣ ਗਿਆ ਸੀਗਾ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੋਲੇ ਦੇ ਗੋਲੀਆਂ ਮਾਰੀ ਜੀ। ਹੋਰ ਬੰਦੇ ਕੀ ਕਿਹੜਾ ਗੋਲੀਆਂ? ਸਤਵੀਰ ਜੀ ਦਾ ਜੀ। ਕਿ ਸਤਵੀਰ ਕੋਲ? ਸਤਵੀਰ ਪਹਿਲੇ ਵੀ ਭੋਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨਾਂ ਭੋਲੇ ਨਾਲ ਕਾਫੀ ਲੜਾਈ ਝਗੜੇ ਕੀਤੇ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ। ਤੇ ਕਿੰਨੇ ਦਾ ਟਾਈਮ ਸੀ? ਇਹ ਸਵੇਰੇ ਹੈਗਾ ਸੀ ਕੋਈ 10:30-11 ਵਜੇ ਟਾਈਮ। ਕਿੰਨੀ ਗੋਲੀਆਂ ਚੱਲੀਆਂ ਤੇ ਕਿੰਨੇ ਕਿੰਨੇ? 4-5 ਗੋਲੀਆਂ ਮਾਰੀ, 4-5 ਗੋਲੀਆਂ ਮਾਰੀ। ਹੋਰ ਕਿਹਨੂੰ ਕਿਹਨੂੰ ਵੱਜੀ? ਭੋਲੇ ਨੂੰ, ਕੱਲੇ ਨੂੰ ਵੱਜੀ, ਲੱਤਾਂ 'ਚ ਗੋਲੀਆਂ ਵੱਜੀਆਂ ਜੀ। ਪੁਲਿਸ ਨਹੀਂ ਪਹੁੰਚੀ ਮੁੱਕੇ, ਅਸੀਂ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪਿਟਲ ਭੇਜ ਦਿੱਤਾ ਜੀ। ਕਿੰਨੇ ਵਜੇ ਗੋਲੀ ਲਈ ਗਏ? ਹਾਂਜੀ ਕਿੰਨੇ ਵਜੇ ਲਈ ਗਏ ਗੋਲੀ? ਕੋਈ 11 ਵਜੇ ਦਾ ਟਾਈਮ ਸੀ। ਸੀਸੀਟੀਵੀ ਵੀ ਹੈਗੀ ਸਾਹਮਣੇ ਆਈ? ਸਾਹਮਣੇ ਕਢਾ ਲਾਂਗੇ, ਸੀਸੀਟੀਵੀ ਕੈਮਰਾ ਕਢਾ ਲਾਂਗੇ। ਪੁਰਾਣੀ ਰੰਜੀ ਦਾ ਹੀ ਮਾਮਲਾ ਸੀ? ਪੁਰਾਣੀ ਰੰਜੀ ਸੀਗੀ ਜੀ। ਕੀ ਮੰਗ ਕੀ ਕਰਦੇ? ਮੰਗ ਅਸੀਂ ਕਰਦੇ ਕਿ ਨਹੀਂ ਇਨਸਾਫ਼ ਜਾਂਦੇ, ਉਹਨਾਂ ਨੇ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਤੇ ਉਹਨਾਂ ਨੇ ਕੁਝ ਪੁੱਛਿਆ ਨਹੀਂ, ਕੁਛ ਗਿਣਿਆ ਨਹੀਂ ਕੀ ਕੰਮ ਕੀ ਗੱਲ ਹੈਗੀ ਹੈ ਕੀ ਗੱਲ ਨਹੀਂ ਹੈਗੀ ਜੀ। ਸਿੱਧੇ ਆਏ ਤੇ ਸਿੱਧੀ ਉਹਨਾਂ ਨੇ ਗੋਲੀਆਂ ਮਾਰਦੀਆਂ ਲੱਤਾਂ ਜੀ ਉਹਨਾਂ ਨੇ ਆ ਕੇ ਤੇ ਉਹਨਾਂ ਨੇ 4-5 ਗੋਲੀਆਂ ਮਾਰੀਆਂ, 5 ਗੋਲੀਆਂ ਲੱਗੀਆਂ ਲੱਤਾਂ ਜੀ। ਭਾਈ ਪੁਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ। ਜਗਰੂਪ ਸਿੰਘ ਕਿਹੜਾ ਇਲਾਕਾ ਜੀ? ਢਪਈ ਰੋਡ ਪਿੰਡ ਚਬਾਲ। ਹਾਂਜੀ ਕੀ ਗੱਲ ਹੋਈ? ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਇਹਨਾਂ ਨਾਲ ਲਾਕਡਾਊਨ ਚੱਲਦੀ ਸੀ ਬੜੇ ਚਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਤਾਂ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ 'ਚ ਲੈ ਗਏ ਆ ਤੇ ਦਾਤਰ ਮਾਰ ਮਾਰ ਕੇ ਸਾਰਾ ਹੀ ਵੱਢ ਕੇ ਤਿਆਰ ਹੁੰਦਾ। ਤੁਹਾਡਾ ਨਾਂ ਕੀ ਜੀ? ਸਤਵੀਰ ਸਿੰਘ। ਤੇ ਜਿਹੜਾ ਜਿਹਨਾਂ ਨਾਲ ਲੜਾਈ ਹੋਈ ਉਹਨਾਂ ਦਾ? ਉਹ ਗਰਮੀਤ ਭੋਲਾ। ਹਾਂਜੀ ਕੀ ਹੁਣ ਕੀ ਦੱਸੋ ਪੂਰਾ ਕਰਨ ਕੀ ਪੁਰਾਣੇ ਰੰਜੀ ਸੀ? ਹਾਂਜੀ 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 ਹੁੰਦਾ। ਕਿੰਨੀਆਂ ਕੁ ਸੱਟਾਂ ਲੱਗੀਆਂ? ਵਾਹ ਵਾਹ ਕਾਫੀ ਇਹਦੀ ਲੱਤ ਵੀ ਵੱਢੀ ਗਈ ਹੈ,
ਇੱਕ ਟੁੱਟ ਗਈ, ਇੱਕ ਵੱਢੀ ਗਈ ਆ, ਵਾਹਵਾ ਹੋਰ ਸਿਰ 'ਚ ਵੀ ਡੂੰਘੀ ਸੱਟ ਆ। ਹਾਂਜੀ ਹਾਂਜੀ ਕੀਤੀ ਆ, ਤਿੰਨ ਚਾਰ ਜਣੇ ਹੋਰ ਆ ਨਾਲ ਹੈਗੇ ਆ। ਹਾਂਜੀ ਹਾਂਜੀ ਅਮਨ ਦੀ ਬਸ ਤਾਲ ਇਹ ਹੁਣ ਇਨਸਾਫ਼ ਦੀ ਮੰਗ ਹੀ ਕੀਤੀ ਆ ਜੀ। ਮੇਰਾ ਨਾਂ ਲਲਿਤ ਸ਼ਰਮਾ ਹੈ, ਠੀਕ ਹੈ ਜੀ। ਅਸੀਂ ਉੱਥੇ ਆਉਂਦੇ ਸੀ, ਠੀਕ ਹੈ, ਇਹ ਵੀ 25 ਜਣੇ ਗੱਲ ਪੈ ਗਏ, ਠੀਕ ਹੈ। ਹਾਂਜੀ ਜਿਹੜੇ ਗੁਰਮੀਤ ਭੋਲਾ ਹੈਗਾ ਉੱਥੇ ਲਾਡਰੀ ਸਟਾਲ ਚਲਾਉਂਦਾ ਵਾ, ਠੀਕ ਹੈ, ਦੋ ਨੰਬਰ ਦੇ ਕੰਮ ਕਰਦਾ ਉੱਥੇ, ਠੀਕ ਹੈ। ਬਹੁਤ ਜਣਾ ਅਸੀਂ ਉੱਥੇ ਮੁੰਡਾ ਚੁੱਕਣ ਗਏ, ਉੱਪਰੋਂ ਬੋਤਲਾਂ ਮਾਰਦੇ ਸੀ, ਠੀਕ ਹੈ, ਮੁੰਡਾ ਵੀ ਨਹੀਂ ਚੁੱਕਣ ਦਿੱਤਾ ਉਹਨਾਂ ਨੇ। ਹਾਂਜੀ ਹਾਂਜੀ ਅਸੀਂ ਹਾਂਜੀ ਹਾਂਜੀ ਬੋਤਲਾਂ ਮਾਰੀਆਂ ਉਹਨਾਂ ਨੇ ਉੱਪਰੋਂ, ਠੀਕ ਹੈ, ਤੇ ਅਸੀਂ ਉਹਨੂੰ ਚੁੱਕ ਕੇ ਮਾਂ ਲਿਆਂਦਾ। ਹੁਣ ਪਹਿਲਾਂ ਨਾਪਰੀ ਲੈ ਕੇ ਉਹਨਾਂ ਨੇ ਕਿਹਾ ਕਿ ਅਮਨਦੀਪ ਲੈ ਜਾਓ, ਅਸੀਂ ਅਮਨਦੀਪ ਲੈ ਜਾਓ। ਪੁਲਿਸ ਨਹੀਂ ਪਹੁੰਚੀ, ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ। ਗੁਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ, ਠੀਕ ਹੈ ਜੀ, ਇਹਦੇ ਜਿਹੜਾ ਮਤਲਬ ਗਨ ਸ਼ਾਟ ਦੇ ਨਾਲ ਇੰਜਰਡ ਹੋਇਆ ਵਾ। ਦੂਜੇ ਬੰਨੇ ਜਿਹੜਾ ਆ ਸਤਬੀਰ ਸਿੰਘ ਸੱਤਾ ਆ, ਜਿਹਨਾਂ ਦਾ ਕੋਈ ਮਤਲਬ ਦੂਸਰੇ ਵੈਪਨ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਸੱਟ ਲੱਗੀ ਆ, ਦੋਨੋਂ ਹੋਸਪਿਟਲ ਨੇ। ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ। ਜਦੋਂ ਸਟੇਟਮੈਂਟ ਦੇਣਗੇ, ਦਰਜ ਹੋਏਗੀ, ਫਿਰ ਪਤਾ ਲੱਗੇਗਾ। ਇੱਕ ਟੀਮ ਸਾਡੀ ਉੱਧਰ ਗਈ ਹੋਈ ਆ, ਹੋਸਪਿਟਲ ਗਈ ਹੋਈ ਆ, ਅਸੀਂ ਇੱਥੇ ਮੌਕੇ 'ਤੇ ਖੜ੍ਹੇ ਹਾਂ। ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਹਨਾਂ ਦੇ ਨਾਲ ਇੰਸੀਡੈਂਟ ਹੋਇਆ ਵਾ। ਹਾਂਜੀ ਦੋ ਖੋਲ ਮਿਲੇ ਆ। ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਹਦਾ ਆ ਕਿਹਦਾ ਨਹੀਂ, ਆਪਾਂ ਇਹਨੂੰ ਬਰਾਮਦਗੀ ਨਹੀਂ ਕਹਿ ਸਕਦੇ। ਮਤਲਬ ਕਿ ਕੋਈ ਡਰਦਾ ਛੱਡ ਕੇ ਨੱਠ ਗਿਆ ਜਾਂ ਕੋਈ ਇੰਸੀਡੈਂਟ ਵਾਲੇ ਆ, ਨਹੀਂ ਅਜੇ ਕੋਈ ਗੱਲ ਨਹੀਂ ਇਹੋ ਜੀ। ਮਤਲਬ ਅਜੇ ਤੇ ਇਹ ਨਹੀਂ ਪਤਾ ਵੀ ਗੋਲੀ ਕਿਹਨੇ ਚਲਾਈ ਆ। ਹਾਂਜੀ ਸੀਸੀਟੀਵੀ ਚੱਲ ਰਿਹਾ ਵਾ, ਅਜੇ ਕੁਛ ਪਤਾ ਨਹੀਂ ਲੱਗਿਆ। ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੁਝ ਦੱਸ ਦੇਵਾਂਗੇ। ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕਿਸੇ ਦੀ ਹੋਏਗੀ ਉਹਦੇ ਮੁਤਾਬਕ, ਜਿਹੜੇ ਅੰਗੇਜ਼ਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ, ਉਹਨਾਂ ਨੂੰ ਅਰੈਸਟ ਕੀਤਾ ਜਾਏਗਾ, ਜੇਲ੍ਹ ਭੇਜਿਆ ਜਾਏਗਾ। ਅੰਮ੍ਰਿਤਸਰ ਕੇ ਥਾਣਾ ਗੇਟ ਹਕੀਮਾ ਕੇ ਅਧੀਨ ਆਤੀ ਪੁਲਿਸ ਚੌਂਕੀ ਗੁਰਬਖਸ਼ ਨਗਰ ਕੇ ਨਜ਼ਦੀਕ ਇੱਕ ਧਮਾਕਾ ਹੋਣੇ ਕੀ ਆਵਾਜ਼ ਇਲਾਕਾ ਵਾਸੀਓ ਕੋ ਸੁਣਾਈ ਦੀ, ਜਿਸ ਕੇ ਚਲਤੇ ਇਲਾਕੇ ਮੇਂ ਦਹਿਸ਼ਤ ਕਾ ਮਾਹੌਲ ਦੇਖਨੇ ਕੋ ਮਿਲ ਰਹਾ ਹੈ। ਤੋ ਵਹੀਂ ਇਸ ਦੌਰਾਨ ਸਹਿਮੀ ਵ ਡਰੇ ਹੋਏ ਲੋਗੋ ਕਾ ਕਹਿਣਾ ਹੈ ਕਿ ਵੇ ਯਹਾਂ ਸੁਰੱਖਿਅਤ ਨਹੀਂ ਹੈ। ਤੋ ਵਹੀਂ ਘਟਨਾ ਕੀ ਸੂਚਨਾ ਮਿਲਤੇ ਹੀ ਪੁਲਿਸ ਕੇ ਉੱਚ ਅਧਿਕਾਰੀ ਵੀ ਮੌਕੇ ਪਰ ਪਹੁੰਚੇ ਔਰ ਮਾਮਲੇ ਕੀ ਜਾਂਚ ਸ਼ੁਰੂ ਕੀ। ਇਸ ਦੌਰਾਨ ਪੁਲਿਸ ਕੀ ਔਰ ਸੇ ਆਸ ਪਾਸ ਲਗੇ ਸੀ ਸੀ ਟੀ ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹੈ। ਇਸ ਅਵਸਰ ਪਰ ਇਲਾਕਾ ਵਾਸੀਓ ਨੇ ਬਤਾਇਆ ਕਿ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਕੀ ਆਵਾਜ਼ ਉਨ੍ਹੇ ਸੁਣਾਈ ਦੀ, ਜਿਸ ਕਾਰਨ ਇਲਾਕਾ ਵਾਸੀ ਡਰ ਗਏ। ਉਨ੍ਹੇ ਇਹ ਨਹੀਂ ਪਤਾ ਚਲਾ ਕਿ ਇਹ ਧਮਾਕਾ ਕਿਸ ਚੀਜ਼ ਕਾ ਥਾ, ਲੇਕਿਨ ਧਮਾਕਾ ਬਹੁਤ ਜ਼ਬਰਦਸਤ ਥਾ। ਤੇ ਵਹੀਂ ਮੌਕੇ ਪਰ ਪਹੁੰਚੇ ਏਸੀਪੀ ਜਸਪਾਲ ਸਿੰਘ ਨੇ ਮੀਡੀਆ ਸੇ ਬਾਤਚੀਤ ਕਰਦੇ ਹੋਏ ਕਿਹਾ ਕਿ ਉਨ੍ਹੇ ਸੂਚਨਾ ਮਿਲੀ ਥੀ ਔਰ ਵੇ ਮੌਕੇ ਪਰ ਪਹੁੰਚੇ ਹੈ। ਵਹੀਂ ਉਨ੍ਹਾਂ ਨੇ ਕਿਹਾ ਕਿ ਧਮਾਕਾ ਜ਼ਰੂਰ ਹੁਆ ਹੈ, ਲੇਕਿਨ ਇਹ ਪਤਾ ਨਹੀਂ ਚਲ ਪਾਇਆ ਕਿ ਇਹ ਕਿਸ ਚੀਜ਼ ਕਾ ਧਮਾਕਾ ਹੁਆ ਹੈ। ਵਹੀਂ ਉਨ੍ਹਾਂ ਨੇ ਕਿਹਾ ਕਿ ਆਸ ਪਾਸ ਲਗੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹੈ ਔਰ ਮਾਮਲੇ ਦੀ ਜਾਂਚ ਕੀ ਜਾ ਰਹੀ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਗੁਰਬਖਸ਼ ਨਗਰ ਰਾਤੀ 3:45 ਦੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ। ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼, ਬਹੁਤ ਜ਼ੋਰਦਾਰ, ਕਾਫੀ ਦੂਰ ਤੱਕ ਉਹਦੀ ਆਵਾਜ਼ ਗਈ ਹੈ, ਲੇਕਿਨ ਕੋਈ ਵੀ ਬਾਹਰ ਨਹੀਂ ਆਇਆ, ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ। ਇੱਕ ਵਾਰੀ ਅਸੀਂ ਅਸੀਂ ਵੀ ਸਹਿਮ ਗਏ ਕਿ ਯਾਰ ਕੀ ਹੋਇਆ, ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਇੰਨੇ ਹੀ ਹੁੰਦੇ ਆ ਤੇ
ਮੈਂ ਕਿਹਾ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ, ਕਾਹਦਾ ਆਵਾਜ਼ ਆਈ ਆ, ਕਾਹਦਾ ਧਮਾਕਾ ਆਇਆ। ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਂਕੇ ਨਹੀਂ। ਪਤਾ ਲੱਗ ਪਿਆ ਕਿਹੜੀ ਜਗ੍ਹਾ ਹੋਇਆ ਸੀ, ਕਿਉਂਕਿ ਤੇ ਬਿਲਕੁਲ ਬਾਹਰ ਹੋਇਆ ਧਮਾਕਾ? ਇਹ ਨਹੀਂ ਪੂਰਾ ਪਤਾ, ਕਿਉਂਕਿ ਮੈਂ ਤੇ ਬਾਈ ਚਾਂਸ ਬਾਥਰੂਮ ਕਰਨ ਆਇਆ ਤੇ ਛੱਜੇ ਤੇ ਆਇਆ ਤੇ ਦੇਖੇ। ਹੁਣ ਸਵੇਰੇ ਪਤਾ ਲੱਗਾ ਕੀ ਕੀ ਗੱਲਬਾਤ ਹੋਈ ਮਾੜਾ ਮੋਟਾ? ਸਵੇਰੇ ਤੇ ਉਸ ਵੇਲੇ ਪਤਾ ਲੱਗਾ, ਵਾਈਫ ਨੇ ਉਠਾਇਆ, ਕਹਿੰਦੇ ਉਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆਏ ਆ, ਥੱਲੇ ਪੁਲਿਸ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਉਹ ਮਤਲਬ ਕਿ ਸਾਰਾ ਦੇਖਣ ਆਏ ਆ। ਤੇ ਉਹ ਤੇ ਕਹਿੰਦੀ ਤੁਸੀਂ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ, ਸੱਚਾਈ ਕੀ ਹੈ ਇਹਦੇ ਨਹੀਂ ਪਤਾ, ਐਵੇਂ ਤੁਹਾਨੂੰ ਕਹੀਏ। ਲੇਕਿਨ ਧਮਾਕਾ ਅਵਸ਼ ਹੋਇਆ 100% ਕੀ 100,000% ਹੋਇਆ। ਪੁਲਿਸ ਤੋਂ ਜਾਂਚ ਤਾਂ ਕੀਤੀ ਜਾ ਰਹੀ ਨਹੀਂ, ਸਵੇਰ ਦੀ ਆ ਰਹੇ ਆ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਆ। ਨਿਵਾਸੀ ਆ, ਇੱਥੇ ਰਾਤ ਨੂੰ ਧਮਾਕਾ ਹੋਇਆ ਪਰ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਧਮਾਕਾ ਆਇਆ, ਜਿਵੇਂ ਬੰਬਾਂ ਨੂੰ ਚੀਜ਼ ਹੈ ਉਸ ਤਰ੍ਹਾਂ ਦਾ ਧਮਾਕਾ ਆਇਆ। ਹਾਂਜੀ ਹਾਂਜੀ, ਇਹ ਕਿ ਗੁਰਬਖਸ਼ ਨਗਰ ਚੌਂਕੀ ਦੇ ਕੋਲ ਹੋਇਆ ਜਾਂ ਪਾਰਕ ਦੇ ਕੋਲ ਹੈ, ਇਹ ਕਿਸੇ ਨੂੰ ਕੁਛ ਨਹੀਂ ਪਤਾ ਲੱਗਣ ਡਿਆ। ਨੁਕਸਾਨ ਕੋਈ ਨਹੀਂ ਹੋਇਆ, ਪੁਲਿਸ ਅਧਿਕਾਰੀ ਸਾਰੇ ਆ ਗਏ ਆ, ਸਾਰੇ ਕਰਨ ਡਿਆ, ਬਹੁਤ ਵਧੀਆ ਸਲਾਂਘਾ ਜੋ ਕਿ ਪੁਲਿਸ ਨੂੰ। ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਇਸ ਵੇਲੇ ਇਹ ਨਹੀਂ ਪਤਾ ਕਿਸ ਵੇਲੇ ਲੁੱਟ ਹੋਈ ਨਹੀਂ, ਕਿਸੇ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਚ ਵਾਪਸ ਆਉਣਾ, ਇਹ ਕੋਈ ਨਹੀਂ ਪਤਾ। ਮੰਗ ਹੈ ਕਿ ਇੱਥੇ ਗਸ਼ਤ ਲਾਈ ਜਾਏ ਪੁਲਿਸ ਦੀ ਤੇ ਪੁਲਿਸ ਸਾਰੇ ਪਤਾ ਕਰੇ ਤੇ ਪੁਲਿਸ ਜੋ ਹੋਏਗਾ ਵਧੀਆ ਹੀ ਕਰੇ, ਪੁਲਿਸ ਬਹੁਤ ਵਧੀਆ ਕਰੀ ਕੰਮ, ਇਹੋ ਜਿਹੀ ਕੋਈ ਗੱਲ ਨਹੀਂ। ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਵੀ ਕੋਈ ਧਮਾਕੇ ਕੀ ਕੋਈ ਜਿਹੜੀ ਆਵਾਜ਼ ਸੁਣਾਈ ਦਿੱਤੀ ਆ, ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ, ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ। ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ, ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਲਿਸ ਚੌਂਕੀ ਹੁੰਦੀ ਸੀਗੀ, ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ, ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਆ, ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਹਨ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਹੈ। ਕਿੰਨੇ ਵਜੇ ਸਮਾਂ ਹੋਏਗਾ ਸਰ ਪੁਲਿਸ ਨੂੰ ਜਾਣਕਾਰੀ ਮਿਲੀ? ਇਹ ਪੁਲਿਸ ਨੂੰ ਜਾਣਕਾਰੀ ਮਿਲੀ ਹੈ, ਸਾਡੀਆਂ ਸਾਰੀਆਂ ਟੀਮਾਂ ਅਸੀਂ ਫੋਰੈਂਸਿਕ ਜਾਂ ਦੂਜੀਆਂ ਟੀਮਾਂ ਵੀ ਬੁਲਾ ਕੇ ਇੱਕ ਵਾਰੀ ਵੇਖ ਲੈਂਦੇ ਹਾਂ ਵੀ ਇਹ ਜਿਹੜਾ ਧਮਾਕਾ ਹੈ ਕਿਸ ਕਾਰਨ ਕਰਕੇ ਹੋਇਆ ਹੈ। ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ? ਇੱਕ ਅਜੇ ਪਹੁੰਚੇ ਆ ਜੀ, ਇਹਨੂੰ ਕਰ ਰਹੇ ਹਾਂ ਇਨਵੈਸਟੀਗੇਟ, ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ। ਸਮਾਂ ਕਿੰਨੇ ਵਜੇ ਰਹੇਗਾ ਇਹ? ਇਨਫੋਰਮੇਸ਼ਨ ਰਿਸੀਵ ਹੋਈ ਹੈ ਜੀ, ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ, ਸਾਡੇ ਹੋਰ ਵੀ ਅਫਸਰ ਆ ਰਹੇ ਨੇ ਕਿ ਇਹਦੇ ਵਿੱਚ ਵੇਖ ਲੈਂਦੇ ਆ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨਾਂ ਕਰਕੇ ਜਿਹੜਾ ਧਮਾਕਾ ਹੋਇਆ। ਹਾਂ ਜੀ, ਜਾਂਚ ਜਾਰੀ ਆ, ਇਸ ਦੇ ਵਿੱਚ ਜਿਸ ਕਾਰਨਾਂ ਕਰਕੇ ਧਮਾਕਾ ਹੋਇਆ ਉਸ ਦੇ ਵਿੱਚ ਤੁਹਾਨੂੰ ਵੱਖਰਾ ਬਰੀਕ ਕਰ ਦਿੱਤਾ। ਧਮਾਕਾ ਹੋਇਆ ਸਰ? ਨਹੀਂ, ਕੋਈ ਨੁਕਸਾਨ ਹੈ ਸਰ? ਧਮਾਕਾ ਹੋਇਆ? ਇਹ ਅਜੇ ਵੀ ਨਹੀਂ, ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ, ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਉਹ ਅਸੀਂ ਕਰ ਰਹੇ ਹਾਂ ਜੀ, ਅਸੀਂ ਟੀਮਾਂ ਆਪਣੀਆਂ ਡਿਪਿਊਟ ਕਰਤੀਆਂ ਵਾ, ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਅੰਮ੍ਰਿਤਸਰ ਕੇ ਪਟਵਾਰੀ ਮਾਹਲ ਬਾਈਪਾਸ ਰੋਡ ਗੇਟ ਨੰਬਰ 2 ਕੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਸੇ ਟਕਰਾ ਕਰ ਪਲਟ ਗਈ, ਤੋ ਵਹੀਂ ਹਾਦਸੇ ਮੇਂ ਕਾਰ ਬੁਰੀ ਤਰ੍ਹਾਂ ਸੇ ਸ਼ਤੀਗ੍ਰਸਤ ਹੋ ਗਈ ਔਰ ਕਾਰ ਚਾਲਕ ਹਾਦਸੇ ਮੇਂ ਬਾਲ ਬਾਲ ਬਚ ਗਿਆ। ਦਰਅਸਲ ਹੋਲੀ ਸਿਟੀ ਨਿਵਾਸੀ ਸਤਨਾਮ ਸਿੰਘ ਕਾ ਬੇਟਾ ਇੰਡੀਆ ਗੇਟ ਸੇ ਗਾਓ ਮਾਹਲ ਕੀ ਔਰ ਜਾ ਰਿਹਾ ਥਾ, ਬਾਈਪਾਸ ਗੇਟ ਨੰਬਰ 2 ਪਰ ਕਾਰ ਕੀ ਗਤੀ ਤੇਜ਼ ਹੋਣੇ ਕੇ ਕਾਰਨ ਕਾਰ ਅਨਿਯੰਤ੍ਰਿਤ ਹੋਕਰ ਡਿਵਾਈਡਰ ਸੇ ਟਕਰਾ ਗਈ, ਵਹੀਂ ਕਾਰ ਕੇ ਡਿਵਾਈਡਰ ਸੇ ਟਕਰਾਤੇ ਹੀ ਚਾਰੋਂ ਟਾਇਰ ਟੂਟ ਗਏ। ਵਹੀਂ ਚੌਂਕੀ ਇੰਚਾਰਜ ਘਨੂਪੁਰ ਰਜਿੰਦਰ ਸਿੰਘ ਨੇ ਬਤਾਇਆ ਕਿ ਕਾਰ ਤੇਜ਼ ਹੋਣੇ ਕੇ ਕਾਰਨ ਇਹ ਹਾਦਸਾ ਹੋਇਆ ਹੈ, ਕਾਰ ਬੁਰੀ ਤਰ੍ਹਾਂ ਸੇ ਸ਼ਤੀਗ੍ਰਸਤ ਹੋ ਗਈ ਲੇਕਿਨ ਕਾਰ ਚਾਲਕ ਕੋ ਮਾਮੂਲੀ ਚੋਟ ਆਈ ਹੈ। ਉਨ੍ਹਾਂ ਲੋਕੋ ਸੇ ਅਪੀਲ ਕੀ ਕਿ ਵਾਹਨ ਚਲਾਤੇ ਸਮੇਂ ਟ੍ਰੈਫਿਕ ਨਿਯਮੋ ਕਾ ਪਾਲਨ ਕਰਨੇ ਕੇ ਸਾਥ ਸਾਥ ਧੀਮੀ ਗਤੀ ਪਰ ਵਾਹਨ ਚਲਾਏ। ਅੰਮ੍ਰਿਤਸਰ ਸੇ ਹਲਚਲ ਕਰੀ ਸੁਨੀਲ ਖੋਸਲਾ ਕੀ ਰਿਪੋਰਟ।
ਐਕਸੀਡੈਂਟ ਦੱਸਦੇ ਵੀ ਉਹ ਉੱਥੋਂ ਗੱਡੀ ਵੱਜ ਕੇ ਅਤੇ ਐਂ ਚੜ੍ਹ ਕੇ ਆ ਗਈ ਐਂ ਸਿੱਧੀ ਆਉਣ ਲੱਗੀ ਅਤੇ ਜੇ ਇੱਥੇ ਨਾ ਵੱਜ ਕੇ ਡਿੱਗ ਜਾਂਦੀ ਤਾਂ ਘਰਾਂ ਜਾ ਵੜਨੀ ਸੀ ਇੱਧਰੋਂ ਟਾਰੀਅਲ ਨੂੰ 100 ਤੇ ਦੱਸਦੇ ਜੀ ਕੱਲਾ ਹੀ ਮੁੰਡਾ ਵਿੱਚ ਸੱਟਾਂ ਲੱਗੀਆਂ ਉੱਧਰੋਂ ਆਇਆ ਨੂੰ ਟਾਰੀ ਕਿਉਂ ਨਹੀਂ ਆ ਰਹੀ ਇਹ ਕਿਤੇ ਮੁੰਡਾ ਯੂਨੀਵਰਸਿਟੀ ਦਾ ਇਹ ਇੱਧਰ ਪਤਾ ਨਹੀਂ ਕਿੱਧਰ ਗਿਆ ਸੀ ਉੱਥੋਂ ਵਾਪਸ ਆਉਣ ਡਿਆ ਸੀ ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਆ ਤਿੰਨ ਟਾਇਰ ਉਹਦੇ ਟੁੱਟ ਗਏ ਤਿੰਨੇ ਮਗਰਲਾ ਡੈਮੇਜ ਹੋ ਗਿਆ ਉੱਥੇ ਲੈ ਗਏ ਟਾਇਰ 'ਤੇ ਹਾਂ ਪਰਲੇ ਬੰਨੇ ਨਹੀਂ ਨਹੀਂ ਇਹ ਜੀ ਸਤਨਾਮ ਸਿੰਘ ਨਾਂ ਦਾ ਇੱਕ ਆਦਮੀ ਆ ਉੱਧਰੋਂ ਇੰਡੀਆ ਗੇਟ ਤੋਂ ਅੰਬਾਲਾ ਵਾਲੀ ਸਾਈਡ ਨੂੰ ਆ ਰਿਹਾ ਸੀ ਉਹ ਕਿਤੇ ਗੱਡੀ ਇਹਨਾਂ ਦੀ ਅੱਗੋਂ ਕੁੱਤਾ ਲੰਘਿਆ ਜਾਂ ਕੋਈ ਐਕਟਿਵੈਲ ਦੱਸਿਆ ਜੀ ਉਹਨਾਂ ਦੇ ਕਹਿਣ ਮੁਤਾਬਕ ਓਵਰ ਕੰਟਰੋਲ ਹੋ ਗਈ ਓਵਰ ਕੰਟਰੋਲ ਹੋ ਕੇ ਖੰਭੇ 'ਚ ਵੱਜ ਗਏ ਅਤੇ ਦੂਸਰੀ ਸਾਈਡ 'ਚ ਅੱਡ ਗਈ ਪਰ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਬਚਾਅ ਹੋ ਗਿਆ ਗੱਡੀ ਕਿਹੜੀ ਸੀ ਗੱਡੀ ਵਰਨਾ ਗੱਡੀ ਆ ਜੀ ਕੰਡੀਸ਼ਨ ਕਿਸ ਤਰ੍ਹਾਂ ਦੀ ਗੱਡੀ ਦੀ ਹੋਣੀ ਗੱਡੀ ਦੀ ਕੰਡੀਸ਼ਨ ਇਹ ਆ ਜੀ ਗੱਡੀ ਦੇ ਜਿਹੜੇ ਟਾਇਰ ਵੀ ਉਹ ਜਿਹੜੇ ਆ ਗੱਡੀ ਨਾਲੋਂ ਲੱਥ ਗਏ ਚਾਰੇ ਟਾਇਰ ਲੱਥ ਗਏ ਗੱਡੀ ਬਹੁਤ ਜ਼ਿਆਦਾ ਤੇਜ਼ ਹੋ ਗਈ ਕੰਟਰੋਲ ਤੋਂ ਬਾਹਰ ਹੋ ਗਈ ਇਹ ਹੋਲੀ ਸਿਟੀ ਦਾ ਰਹਿਣ ਵਾਲਾ ਜੀ ਨਹੀਂ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਪਰ ਗੱਡੀ ਜਿਹੜੀ ਆ ਜ਼ਿਆਦਾ ਡੈਮੇਜ ਹੋ ਗਈ ਮਤਲਬ ਗੱਡੀ ਜਿਹੜੀ ਆ ਬ੍ਰੇਕ ਲਾਉਂਦੀ ਵੀ ਇਹ ਹੋ ਸਕਦਾ ਇਹਨਾਂ ਕੋਈ ਰੇਸ ਦੱਬੀ ਗਈ ਜਾਂ ਕੀ ਹੋਇਆ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਸੀਂ ਇਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਲੋਕਾਂ ਨੂੰ ਸਾਰਿਆਂ ਨੂੰ ਵੀ ਇਹ ਹਾਈਵੇ 'ਤੇ ਇੱਕ ਘੱਟ ਗਲਿਆਈ ਆ ਇੱਥੋਂ ਜਿੱਥੇ ਐਕਸੀਡੈਂਟ ਹੋਇਆ ਇੱਥੋਂ ਹੌਲੀ ਆਉਣਾ ਚਾਹੀਦਾ ਆਪਣੀ ਜਿਹੜੀ ਆ ਸਪੀਡ ਵੀ ਮੈਂ ਹਾਈਵੇ ਵਾਲਿਆਂ ਨੂੰ ਵੀ ਸਟੈਕਸ਼ਨ ਦਿੰਦਾ ਵੀ ਇੱਥੇ ਸਪੀਡ ਲਿਮਿਟ ਲਿਖਣੀ ਚਾਹੀਦੀ ਆ 50-60 ਦੀ ਸਪੀਡ ਤੋਂ ਜਿਹੜਾ ਉੱਤੇ ਗੱਡੀ ਚਲਾਉਂਦਾ ਉਹਦਾ ਵੀ ਚਲਾਨ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਵੀ ਕਰਨਾ ਸ਼ਹਿਰ ਅੰਮ੍ਰਿਤਸਰ ਵਾਸੀਆਂ ਨੂੰ ਵੀ 50-60 ਦੀ ਸਪੀਡ ਤੋਂ ਉੱਤੇ ਇਹ ਮੋੜ 'ਤੇ ਰੋਡ 'ਤੇ ਗੱਡੀ ਨਾ ਚਲਾਓ ਅਤੇ ਆਪਣੀ ਜਾਨ ਮਾਲੀ ਦਾ ਰਾਖੀ ਰੱਖੋ ਬਿਲਕੁਲ ਜੀ ਜੇ ਉੱਧਰ ਸਾਹਮਣੇ ਕੋਈ ਗੱਡੀ ਆਉਂਦੀ ਹੁੰਦੀ ਤਾਂ ਇਹ ਗੱਡੀ ਦਾ ਅਤੇ ਜਾਂ ਅਗਲੇ ਦਾ ਵੀ ਨੁਕਸਾਨ ਕਰ ਦੇਣਾ ਸੀ ਆਪਣਾ ਤਾਂ ਚਲੋ ਇਹਨਾਂ ਦਾ ਹੋ ਹੀ ਗਿਆ ਸੀ ਹਾਂ ਠੀਕ ਹੈ ਬਿਲਕੁਲ ਉਹਦੇ ਸੱਟ ਕੋਈ ਨਹੀਂ ਗੱਡੀ ਬਿਲਾ ਇਹ ਦੱਸਿਆ ਨਹੀਂ ਇਹਨਾਂ ਸਟੱਡੀ ਕਰਦਾ ਕਿੱਥੇ ਪਰ ਹਾਲਾਤ ਠੀਕ ਹੈ ਜੀ ਹਾਂ ਪਰਿਵਾਰ ਉਹਦਾ ਆ ਗਿਆ ਸੀ ਉਹਨੂੰ ਨਾਲ ਲੈ ਗਏ ਤੇ ਮਾੜਾ ਮੋਟਾ ਕੋਈ ਹੋਊਗੀ ਤੇ ਮਤਲਬ ਪੱਟੀ ਕਰਾ ਲਈ ਉਹਨਾਂ ਨੇ ਠੀਕ ਹੈ ਬਿਲਕੁਲ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਅੰਮ੍ਰਿਤਸਰ ਕੇ ਬਟਾਲਾ ਰੋਡ ਪਰ ਸਥਿਤ ਸੰਧੂ ਕਲੋਨੀ ਮੇਂ ਇੱਕ ਪ੍ਰਵਾਸੀ ਨੌਜਵਾਨ ਦੁਆਰਾ ਉਸ ਸਮੇਂ ਖੌਫਨਾਕ ਕਦਮ ਉਠਾ ਲਿਆ ਗਿਆ ਜਬ ਉਸਕੀ ਪ੍ਰੇਮਿਕਾ ਨੇ ਉਸਕੇ ਸਾਥ ਵਿਵਾਹ ਕਰਵਾਉਣ ਸੇ ਇਨਕਾਰ ਕਰ ਦਿਆ ਜਿਸਕੇ ਬਾਅਦ ਲੜਕੇ ਨੇ ਆਤਮ ਹੱਤਿਆ ਕਰ ਦੀ ਔਰ ਅਬ ਮ੍ਰਿਤਕ ਨੌਜਵਾਨ ਕੇ ਪਰਿਵਾਰਿਕ ਸਦਸਿਓਂ ਦੁਆਰਾ ਵਿਜੇ ਨਗਰ ਪੁਲਿਸ ਚੌਂਕੀ ਮੇਂ ਪਹੁੰਚ ਕਰ ਇਨਸਾਫ਼ ਕੀ ਗੁਫਾਰ ਲਗਾਈ ਜਾ ਰਹੀ ਹੈ ਸਬਸੇ ਪਹਿਲ ਮ੍ਰਿਤਕ ਨੌਜਵਾਨ ਕੇ ਪਰਿਵਾਰਿਕ ਸਦਸਿਓਂ ਨੇ ਬਤਾਇਆ ਕਿ ਉਨਕੇ ਲੜਕੇ ਰਿਤਿਕ ਕਾ ਇੱਕ ਲੜਕੀ ਕੇ ਸਾਥ ਪਿਛਲੇ ਕਾਫੀ ਲੰਬੇ ਸਮੇਂ ਸੇ ਰਿਲੇਸ਼ਨ ਚੱਲ ਰਹਾ ਥਾ ਔਰ ਅਕਸਰ ਹੀ ਦੋਨੋਂ ਮੇਂ ਵਾਹ ਕੀ ਬਾਤ ਹੋਤੀ ਥੀ ਤੋ ਲੜਕੀ ਕੇ ਘਰ ਵਾਲੇ ਸ਼ਰਾਤੀ ਸੇ ਮਨਾ ਕਰ ਦੇਤੀ ਥੀ ਔਰ ਲੜਕੀ ਕੇ ਪਰਿਵਾਰ ਕੀ ਔਰ ਸੇ ਉਨਕੇ ਲੜਕੇ ਕੋ ਕਾਫੀ ਤੰਗ ਪਰੇਸ਼ਾਨ ਕੀਆ ਜਾਤਾ ਥਾ ਜਿਸ ਸੇ ਦੁਖੀ ਹੋ ਕਰ ਉਨਕੇ ਲੜਕੇ ਦੁਆਰਾ ਯੇ ਖੌਫਨਾਕ ਕਦਮ ਉਠਾਇਆ ਗਿਆ ਇਸ ਲਈ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਸੇ ਇਨਸਾਫ਼ ਕੀ ਗੁਫਾਰ ਲਗਾਈ ਹੈ ਤੋ ਵਹੀਂ ਇਸ ਮਾਮਲੇ ਮੇਂ ਪੁਲਿਸ ਜਾਂਚ ਅਧਿਕਾਰੀ ਹਰਿੰਦਰ ਸਿੰਘ ਨੇ ਬਤਾਇਆ ਕਿ ਫਿਲਹਾਲ ਮਾਮਲੇ ਕੀ ਜਾਂਚ ਕੀ ਜਾ ਰਹੀ ਹੈ ਜਾਂਚ ਕੇ ਬਾਅਦ ਬਣਤੀ ਕਾਰਵਾਈ ਕੀ ਜਾਏਗੀ ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ ਅਜੇ ਨਾਮ ਹੈਗਾ ਜੀ ਤੇ ਕੀ ਹੋਇਆ ਕੀ ਮੇਰੇ ਨਾ ਮਾਮੇ ਦਾ ਬੇਟਾ ਹੈਗਾ ਜਿਹਦੇ ਪਾਪਾ ਐਕਸਪਾਇਰ ਹੈਗੇ ਆ ਅਤੇ ਅੱਜ ਤੋਂ 3-4 ਸਾਲ ਪਹਿਲਾਂ ਠੀਕ ਹੈ ਜੀ ਹੁਣ ਉਹ ਕੁੜੀ ਨੇ ਇਹਦੀ ਗੱਲ ਹੋ ਗਈ 3-4 ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਣ ਦੀ ਆ ਕੁੜੀ ਆਪਣਾ ਬਟਾਲਾ ਰੋਡ ਆਪਣੇ ਇੱਧਰ ਰਾਮਬਲੀ ਚੌਂਕ ਲਾਗੇ ਰਹਿੰਦੇ ਬਟਾਲਾ ਰੋਡ ਪੰਕੀ ਭੈਰੀ ਗਲੀ ਅੰਦਰ ਜਾ ਕੇ ਹਾਂਜੀ ਇੱਕ ਆਹਮਣੇ ਸਾਹਮਣੇ ਘਰ ਹੈਗਾ ਜੀ
ਹੁਣ ਇਹਨਾਂ ਦਾ 3-4 ਸਾਲ ਦਾ ਵੀ ਹੋਰ ਵੀ ਮਤਲਬ ਕਿ ਹੋ ਸਕਦਾ ਇਹਨਾਂ ਦਾ ਕਿ ਬੜਾ ਪੁਰਾਣਾ ਰਿਲੇਸ਼ਨ ਹੋ ਸਕਦਾ। ਹੁਣ ਉਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁੱਕਰ ਗਏ ਕਿ ਨਹੀਂ ਕਰਨਾ, ਠੀਕ ਹੈ ਜੀ। ਕੱਲ੍ਹ ਰਾਤੀ ਵੀ ਕੁੱਟ ਕੇ ਗਏ ਇਹਨਾਂ ਘਰ, ਸਾਰੀ ਮਾਂ ਤੱਕ ਉਹਨੂੰ ਹੱਥ ਪਾ ਕੇ ਗਏ ਆ, ਠੀਕ ਹੈ ਜੀ। ਰਾਤੀ ਕੁੱਟਿਆ, ਹੁਣ ਉਹਨੇ ਸਵੇਰੇ ਕੀ ਉਹਦੇ ਮਾਇੰਡ 'ਚ ਆਇਆ, ਉਹਨੇ ਸੁਸਾਈਡ ਕਰ ਲਿਆ, ਕਿਉਂਕਿ ਇਹਦੇ ਘਰ ਦੇ ਸਾਰੇ ਜੋਬ ਮਤਲਬ ਕਿ ਕਰਦੇ ਆ। ਹੁਣ ਉਹ ਇਕੱਲਾ ਘਰ ਹੈਗਾ ਸੀ, ਉਹਨੇ ਆਪਣਾ ਕਰ ਲਿਆ। ਹੁਣ ਕੀ ਇਹਦੇ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ, ਸਾਨੂੰ ਨਹੀਂ ਪਤਾ ਹੈਗਾ। ਉਹਨੇ ਆਪਣਾ ਮਤਲਬ ਕਿ ਆਪਣੀ ਫਾਂਸੀ ਲੈ ਲਈ ਆਪਣੇ ਨਾਲ ਪੱਖੇ ਦੇ ਉੱਧਰ ਲਟਕ ਕੇ। ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਹੈ, ਉਹਨਾਂ ਨੇ ਤਾਂ ਆਹੀ ਸਾਨੂੰ ਉਹਨਾਂ ਨੇ ਦੱਸਿਆ ਕਿ ਜਾਂਦੇ ਹੁੰਦੇ ਸੀ ਨਾ ਮਾਂ ਅਤੇ ਬੇਟਾ ਜਾਂਦੇ ਹੁੰਦੇ ਸੀ, ਅਤੇ ਉਹਨਾਂ ਨੇ ਦੱਸਿਆ। ਅਤੇ ਹੁਣ ਦੇਖੋ ਉਹਨਾਂ ਦੀ ਕੀ ਗੱਲਬਾਤ ਹੁਣ ਹੋ ਰਹੀ ਸਾਨੂੰ ਨਹੀਂ ਪਤਾ ਹੈਗਾ ਮਾਰੇ। ਬਾਕੀ ਹੁਣ ਜੋ ਵੀ ਤੁਹਾਡੇ ਸਾਹਮਣੇ ਮਰਿਆ ਇਸ ਟਾਈਮ ਪੋਸਟਮਾਰਟਮ ਲਾਸ਼ ਪਈ ਹੋਈ ਉਹਦੀ, ਉਹਨੂੰ ਵੇਖ ਕੇ ਤਾਂ ਮਾਰੇ। ਹੁਣ ਦੱਸੋ ਮੰਗ ਮਾਰੇ, ਪਰਚਾ ਹੋਵੇ ਇਹਨਾਂ ਦੇ, ਇੱਕ ਠੋਕੇ ਕੰਨੇ ਇਹਨਾਂ ਦੇ ਪਰਚਾ ਕਰਾਉਣਾ ਹੈਗਾ। ਦੱਸ, ਤੁਹਾਨੂੰ ਨਹੀਂ ਪਤਾ ਤੁਹਾਡੀ ਵੀ ਕੁੜੀ ਪਿਆਰ ਕਰਦੀ ਆ, ਠੀਕ ਆ ਮਾਰੇ। ਤੁਹਾਡੀ ਵੀ ਕੁੜੀ ਉਹਨੂੰ ਪਿਆਰ ਕਰਦੀ ਆ ਨਾ, ਅਤੇ ਤੁਸੀਂ ਅੱਜ ਕੱਲ੍ਹ ਤਾਂ ਨੋਰਮਲ ਬੰਦਾ ਕਰਾ ਹੀ ਦਿੰਦਾ, ਚੱਲ ਯਾਰ ਜਾਣ ਲੱਗੇ ਇਹਦੀ ਚੱਲ ਜਾਵੇ। ਉਹ ਲੜਕੀ ਪੱਲਾ ਰਾਜੀ ਗਈ ਹੁਣ ਮਾਰੇ, ਕਿਉਂ ਹੁਣ ਰਾਜੀ ਨਹੀਂ ਹੋਣੀ ਹੁਣ ਪੱਲਾ ਕਰਕੇ। ਹੁਣ ਮਾਰੇ ਸਾਰ ਹਰ ਕੋਈ ਰਿਲੇਸ਼ਨ ਆਪਣਾ ਆਪਣੇ ਹਿਸਾਬ ਨਾਲ ਬਣਾਉਂਦਾ ਕਿ ਚੱਲ ਤੂੰ ਮੇਰੇ ਨਾਲ ਆ। ਉਹ ਵੀ ਹੁਣ ਉਹ ਵੀ ਇਹਦੇ ਪਿੱਛੇ ਰੋਂਦੀ ਸੀ, ਇਹ ਵੀ ਰੋਂਦਾ ਸੀ। ਹਾਂਜੀ, ਉਹ ਧੋਖੇਬਾਜ਼ ਹੈਗੀ ਅਤੇ ਮਾਰੇ ਉਹਨੇ ਲਿਖਿਆ ਆ, ਧੋਖੇਬਾਜ਼ ਹੈਗੀ ਹੈ ਕੁੜੀ, ਸਿੱਧੀ ਗੱਲ ਹੈਗੀ ਹੈ, ਕਿਉਂਕਿ ਉਹਨੇ ਲਿਖਿਆ, ਆਪਾਂ ਨਹੀਂ ਲਿਖਿਆ, ਉਹਨਾਂ ਨੇ ਲਿਖਿਆ। ਉਹਨੇ ਆਪਣਾ ਲਿਖ ਕੇ ਅਤੇ ਆਪਣਾ ਅੱਜ ਮਤਲਬ ਕਿ 11:30 ਵਜੇ ਦਾ ਟਾਈਮ ਹੈਗਾ ਸੀ, ਅਤੇ ਆਪਣਾ ਉਹ ਫਾਇਰ ਹੋ ਗਿਆ, ਇਹਨੇ ਫਾਂਸੀ ਲਾ ਲਈ ਹੋਈ। ਪੁਲਿਸ ਵੱਲੋਂ ਹੁਣ ਗੱਲਬਾਤ ਅੰਦਰ ਹੋ ਰਹੀ ਹੈ, ਅਤੇ ਬਾਕੀ ਅਸੀਂ ਤਾਂ ਇਹੀ ਚਾਹੁੰਦੇ ਕਿ ਇਹਨਾਂ ਨੂੰ ਸਾਨੂੰ ਮਤਲਬ ਕਿ ਇਨਸਾਫ ਮਿਲੇ, ਸਾਡੀ ਮਾਮੀ ਨੂੰ ਅਦਰ ਬੱਚਿਆਂ ਨੂੰ, ਕਿਉਂਕਿ ਇਹ ਹੈਗੇ ਕਿਰਾਏ 'ਤੇ ਰਹਿੰਦੇ, ਰੈਂਟ 'ਤੇ ਰਹਿੰਦੇ, ਇਹਨਾਂ ਦਾ ਕੰਮ ਕਾਰ ਮਤਲਬ ਕਿ ਇੱਦਾਂ ਹੀ ਗਾ, ਅੰਨਾ ਉਹ ਨਹੀਂ ਗਏ ਕਿ ਸਟੈਂਡਰਡ ਦੇ, ਠੀਕ ਹੈ ਜੀ। ਹੁਣ ਆਪਾਂ ਇਹੀ ਕਹਿੰਦੇ ਕਿ ਜਾਂ ਇਹਨਾਂ ਨੂੰ ਛੱਤ ਦੇ ਦੇਣ, ਸਿੱਧੀ ਗੱਲ ਹੈਗੀ। ਪਰਚਾ ਤਾਂ ਆਪਾਂ ਉਹਨਾਂ 'ਤੇ ਕਰਾਉਣਾ ਹੀ ਹੈਗਾ ਆ, ਕਿਉਂਕਿ ਗਲਤ ਹੈਗੇ ਉਹ, ਸਿੱਧੀ ਗੱਲ ਹੈਗੀ। ਉਹਦੇ ਵਿੱਚ ਨਾ ਜੀ ਉਹਨਾਂ ਦੇ ਜਿਹੜਾ ਮਤਈਆਂ ਨੇ ਬਿਆਨ ਦਿੱਤਾ ਕਿ ਜਿਹੜਾ ਇਹ ਲੜਕੀ ਰਾਣੀ ਸੀ ਉਹ ਉਹਦੇ ਨਾਲ ਜਿਹੜਾ ਵਾ ਕਰਦਾ ਸੀ ਆਪਣਾ ਥੋੜ੍ਹਾ ਜਿਹਾ ਸੰਬੰਧ ਸੀ, ਅਤੇ ਉਹ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਨਾ, ਪਰ ਉਹ ਲੜਕੀ ਮੰਨਦੀ ਨਹੀਂ ਸੀ। ਪਰਿਵਾਰ ਵੱਲੋਂ ਕਿਹਾ ਗਿਆ ਲੜਕੀ ਮੰਨਦੀ ਸੀ, ਲੜਕੀ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਸੀ, ਉਹ ਉਹਨੂੰ ਡੱਟਦੇ ਸੀ। ਹਾਂ ਨਹੀਂ, ਉਹਨਾਂ ਦੇ ਵਿੱਚ ਇਹੀ ਉਹਨਾਂ ਨੇ ਦੋਸ਼ ਲਾਇਆ ਵਾ ਕਿ ਜਿਹੜਾ ਵਾ ਲੜਕੀ ਜਿਹੜੀ ਆ ਨਹੀਂ ਸੀ ਮੰਨਦੀ। ਪੁਲਿਸ ਵੱਲੋਂ ਜਿਹੜਾ ਵਾ ਉਹਦੇ ਖਿਲਾਫ਼ FIR ਦਰਜ ਕਰ ਲਈ ਗਈ ਹੈ, ਅੱਗੇ ਜੋ ਇਨਵੈਸਟੀਗੇਸ਼ਨ ਚਾਹੀਦਾ ਉਸ ਮੁਤਾਬਕ ਕਾਰਵਾਈ ਕੀਤੀ। ਖਾੜੀ ਦੇਸ਼ੋਂ ਮੇਂ ਲੋਗੋਂ ਕੇ ਮਸੀਹਾ ਕੇ ਤੌਰ ਪਰ ਜਾਣੇ ਜਾਤੇ ਦੁਬਈ ਕੇ ਪ੍ਰਸਿੱਧ ਉਦਯੋਗਪਤੀ ਔਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੇ ਸਰਪ੍ਰਸਤ ਡਾਕਟਰ SP ਸਿੰਘ ਓਬਰਾਏ ਕੇ ਪ੍ਰਯਾਸੋਂ ਸੇ ਹੁਸ਼ਿਆਰਪੁਰ ਕੇ ਕਸਬਾ ਉੜਮੁੜ ਕੇ ਰਹਿਣੇ ਵਾਲੇ 37 ਵਰਸ਼ੀ ਰਮਨ ਕੁਮਾਰ ਕੀ ਮ੍ਰਿਤਕ ਦੇ ਮੌਤ ਸੇ ਲਗਭਗ 38 ਦਿਨ ਬਾਅਦ ਦੁਬਈ ਸੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਪਹੁੰਚੀ। ਇਸ ਦੌਰਾਨ ਮ੍ਰਿਤਕ ਦੇਹ ਕੋ ਸਰਬੱਤ ਦਾ ਭਲਾ ਟਰੱਸਟ ਕੇ ਜ਼ਿਲ੍ਹਾ ਜਨਰਲ ਸਚਿਵ ਮਨਪ੍ਰੀਤ ਸਿੰਘ ਸੰਧੂ ਦੁਆਰਾ ਪ੍ਰਾਪਤ ਕਰ ਪਰਿਵਾਰਕ ਸਦੱਸਿਓ ਕੋ ਸੌਂਪਿਆ ਗਿਆ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਟਰੱਸਟ ਕੇ ਨੇਤਾ ਮਨਪ੍ਰੀਤ ਸਿੰਘ ਸੰਧੂ ਨੇ ਬਤਾਇਆ ਕਿ ਰਮਨ ਕੁਮਾਰ ਵੀ ਦੂਸਰੇ ਨੌਜਵਾਨੋਂ ਕੀ ਤਰ੍ਹਾਂ 7 ਵਰਸ਼ ਪਹਿਲੇ ਆਪਣੇ ਬਿਹਤਰ ਭਵਿੱਖ ਕੇ ਸੁਪਨੇ ਕੋ ਲੇਕਰ ਦੁਬਈ ਗਿਆ ਥਾ, ਜਹਾਂ ਗਤ 22 ਅਕਤੂਬਰ ਕੋ ਅਚਾਨਕ ਦਿਲ ਕਾ ਦੌਰਾ ਪੜਨੇ ਸੇ ਉਸਕੀ ਮੌਤ ਹੋ ਗਈ ਥੀ। ਜਿਸਕੇ ਬਾਅਦ ਇਸ ਦੁਖਦਾਈ ਘਟਨਾ ਸੰਬੰਧੀ ਮ੍ਰਿਤਕ ਕੇ ਚਚੇਰੇ ਭਾਈ ਸਾਗਰ ਵ ਉਸਕੇ ਦੋਸਤੋਂ ਨੇ ਉਨਕੇ ਸਾਥ ਸੰਪਰਕ ਕਰ ਉਨ੍ਹੇ ਅਵਗਤ ਕਰਵਾਇਆ, ਜਿਸਕੇ ਬਾਅਦ ਭਾਰਤੀ ਦੂਤਾਵਾਸ ਕੀ ਮਦਦ ਸੇ ਉਨ੍ਹੋਂਨੇ ਆਪਣੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਕੀ ਦੇਖ ਰੇਖ ਮੇਂ ਜ਼ਰੂਰੀ ਕਾਗਜ਼ੀ ਕਾਰਵਾਈ ਪੂਰਨ ਕਰ ਰਮਨ ਕੁਮਾਰ ਕੀ ਮ੍ਰਿਤਕ ਦੇਹ ਕੋ ਭਾਰਤ ਪਹੁੰਚਾਇਆ ਹੈ। ਤਾਂ ਵਹੀ ਰਮਨ ਕੁਮਾਰ ਕੇ ਰਿਸ਼ਤੇਦਾਰੋਂ ਨੇ ਡਾਕਟਰ SP ਸਿੰਘ ਓਬਰਾਏ ਕਾ ਉਨਕੀ ਮਦਦ ਕਰਨੇ ਪਰ ਉਨਕਾ ਆਭਾਰ ਵਿਅਕਤ ਕੀਆ। ਅੰਮ੍ਰਿਤਸਰ ਸੇ ਹਲਚਲ ਕੇ ਲੀਏ ਸੁਨੀਲ ਖੋਸਲਾ ਕੀ ਰਿਪੋਰਟ। ਹਾਂਜੀ ਭਾਅ ਜੀ, ਤੁਹਾਡਾ ਨਾਂ ਕੀ ਹੈ ਅਤੇ ਇੱਥੇ ਤੁਸੀਂ ਕੀ ਕਰਨਾ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਨੀਲ ਕੁਮਾਰ ਹੈ ਜੀ।
ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀਗੀ ਅਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰ ਆਈ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਅਤੇ ਉਹਨਾਂ ਨੇ ਸਾਡੀ ਮਦਦ ਕੀਤੀ ਆ ਅਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਹੁੰਚਾਉਣ ਦੇ ਵਿੱਚ ਬਹੁਤ ਬਹੁਤ ਮਦਦ ਕੀਤੀ ਹੈ ਜੀ ਅਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਵੀ ਅਸੀਂ ਉਹਨਾਂ ਦੇ ਵੱਲੋਂ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ। ਸੰਧੂ ਆ, ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਹੋਣੀ ਜਿਨ੍ਹਾਂ ਦੀ ਦੁਬਈ 'ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰਿਸੀਵ ਕਰਕੇ ਪਰਿਵਾਰ ਨੂੰ ਸੌਂਪਣ ਆਇਆ। ਇਹ ਡੈੱਡ ਬੋਡੀ ਉੱਥੋਂ ਅਬਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਨਾਲ ਕਸਬੇ ਨਾਲ ਸੰਬੰਧਿਤ ਸੀਗਾ ਰਮਨ ਕੁਮਾਰ, ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਅਤੇ ਅਚਾਨਕ 22 ਅਕਤੂਬਰ ਜਿਹੜੀ ਬੀਤੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਾਰਨ ਉੱਥੇ ਇਹਨਾਂ ਦੀ ਮੌਤ ਹੋ ਗਈ ਸੀ। ਜਿਸ ਉਪਰੰਤ ਉੱਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਅਤੇ ਕੁਝ ਦੋਸਤਾਂ ਨੇ ਅਬਰਾਜ ਸਾਹਿਬ ਨਾਲ ਸੰਪਰਕ ਕਰਕੇ ਰਮਨ ਕੁਮਾਰ ਉਹਨਾਂ ਦੀ ਡੈੱਡ ਬੋਡੀ ਇੱਥੇ ਭੇਜਣ ਲਈ ਬੇਨਤੀ ਕੀਤੀ ਸੀ, ਜਿਸ ਨੂੰ ਵੇਖ ਕੇ ਅਬਰਾਜ ਸਾਹਿਬ ਨੇ ਸਾਰੀ ਪੇਪਰ ਫਾਰਮੈਲਿਟੀ ਜਿੱਥੇ ਮੁਕੰਮਲ ਕਰਵਾਈ ਉੱਥੇ ਹੀ ਜਿਹੜੇ ਇਹਨਾਂ ਦੇ ਦੋਸਤਾਂ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ 'ਚੋਂ ਜਿਹੜੇ ਪੈਸੇ ਘੱਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਅਤੇ ਅੱਜ ਇੱਥੇ ਡੈੱਡ ਬੋਡੀ ਉਹਨਾਂ ਨੇ ਜਿਹੜੀ ਅੰਤਿਮ ਰਸਮਾਂ ਲਈ ਭੇਜੀ ਆ ਅਤੇ ਉਹ ਪਰਿਵਾਰ ਇੱਥੇ ਅੱਜ ਰਿਸੀਵ ਕਰਨ ਆਏ ਅਤੇ ਅਸੀਂ ਇਹਨਾਂ ਨੂੰ ਬੋਡੀ ਸੌਂਪਣ ਆਏ ਹਾਂ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਅਬਰਾਈ ਸਾਹਿਬ ਵੱਲੋਂ ਹੁਣ ਤੱਕ 380 ਵੱਧ ਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਜਿਹੜੀਆਂ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ। ਹੁਸ਼ਿਆਰਪੁਰ ਮੇਂ ਕੁਛ ਦਿਨ ਪਹਿਲੇ ਇੱਕ ਸੜਕ ਹਾਦਸਾ ਹੋਇਆ ਥਾ ਜਿਸਕੇ ਬਾਅਦ ਹਸਪਤਾਲ ਮੇਂ ਇਲਾਜ ਕੇ ਦੌਰਾਨ ਮਹਿਲਾ ਕੀ ਮੌਤ ਹੋ ਗਈ ਥੀ ਔਰ ਪੁਲਿਸ ਨੇ ਇਸ ਮਾਮਲੇ ਮੇਂ ਉਕਤ ਮਹਿਲਾ ਕੋ ਹਸਪਤਾਲ ਪਹੁੰਚਾਉਣੇ ਵਾਲੇ ਡਾਕਟਰ ਕੇ ਡਰਾਈਵਰ ਕੇ ਖਿਲਾਫ਼ ਮਾਮਲਾ ਦਰਜ ਕਰ ਦਿਆ। ਤੋ ਵਹੀਂ ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਹਾਜ਼ੀਪੁਰ ਕੇ ਰਹਿਣੇ ਵਾਲੇ ਡਾਕਟਰ ਸੁਖਦੇਵ ਨੇ ਬਤਾਇਆ ਕਿ ਵੀ ਆਪਣੇ ਪਰਿਵਾਰ ਕੇ ਸਾਥ ਵਾਪਿਸ ਘਰ ਆ ਰਹਾ ਥਾ ਔਰ ਉਸਨੇ ਦੇਖਾ ਕਿ ਰਾਸਤੇ ਮੇਂ ਇੱਕ ਮੋਟਰਸਾਈਕਲ ਗਿਰਾ ਹੋਇਆ ਹੈ ਜਿਸ ਮੇਂ ਇੱਕ ਮਹਿਲਾ ਘਾਇਲ ਹੋ ਗਈ। ਤੋ ਉਹਨੇ ਇਨਸਾਨੀਅਤ ਕੇ ਨਾਤੇ ਆਪਣੀ ਕਾਰ ਕੋ ਰੋਕ ਕਰ ਉਕਤ ਮਹਿਲਾ ਕੋ ਹਸਪਤਾਲ ਮੇਂ ਭਰਤੀ ਕਰਵਾਇਆ, ਲੇਕਿਨ ਬਾਅਦ ਮੇਂ ਉਸਕੀ ਇਲਾਜ ਕੇ ਦੌਰਾਨ ਮੌਤ ਹੋ ਗਈ ਔਰ ਪੁਲਿਸ ਨੇ ਬਿਨਾਂ ਕਿਸੇ ਜਾਂਚ ਕੇ ਕਾਰ ਚਾਲਕ ਕੇ ਖਿਲਾਫ਼ ਹੀ ਮਾਮਲਾ ਦਰਜ ਕਰ ਦਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤੋਂ ਇਨਸਾਨੀਅਤ ਕੇ ਨਾਤੇ ਉਨਕੀ ਮਦਦ ਕੀ ਥੀ, ਲੇਕਿਨ ਪੁਲਿਸ ਨੇ ਪੀੜਿਤ ਪਰਿਵਾਰ ਕੇ ਬਿਆਨੋ ਕੇ ਆਧਾਰ ਪਰ ਹੀ ਉਨਕੇ ਡਰਾਈਵਰ ਕੇ ਖਿਲਾਫ਼ ਮਾਮਲਾ ਦਰਜ ਕੀਆ ਹੈ। ਇਸ ਲਈ ਅਬ ਉਨਕੀ ਗਾੜੀ ਹੁਸ਼ਿਆਰਪੁਰ ਕੇ ਮਾਡਲ ਟਾਊਨ ਥਾਣਾ ਮੇਂ ਖੜੀ ਕਰ ਦੀ ਗਈ ਹੈ। ਤੋ ਵਹੀਂ ਉਹਨਾਂ ਨੇ ਉੱਚ ਪ੍ਰਸ਼ਾਸਨ ਸੇ ਉਕਤ ਮਾਮਲੇ ਕੀ ਜਾਂਚ ਕਰ ਉਹਨੇ ਇਨਸਾਫ਼ ਦੇਣੇ ਕੀ ਗੁਫਾਰ ਲਗਾਈ ਹੈ। ਤੋ ਵਹੀਂ ਪੁਲਿਸ ਜਾਂਚ ਅਧਿਕਾਰੀਓ ਨੇ ਕਿਹਾ ਕਿ ਪੀੜਿਤ ਪਰਿਵਾਰ ਕੇ ਕਹਿਣੇ ਪਰ ਹੀ ਉਨਕੇ ਖਿਲਾਫ਼ ਮਾਮਲਾ ਦਰਜ ਕੀਆ ਗਿਆ ਹੈ ਔਰ ਆਗੇ ਕੀ ਕਾਰਵਾਈ ਕੀ ਜਾ ਰਹੀ ਹੈ। ਹੁਸ਼ਿਆਰਪੁਰ ਸੇ ਹਲਚਲ ਕੇ ਲਈ ਅੰਕੁਸ਼ ਗੋਇਲ ਕੀ ਰਿਪੋਰਟ। 15/11/2024 ਨੂੰ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦਸ਼ਮੇਸ਼ ਕਲੋਨੀ ਹੁਸ਼ਿਆਰਪੁਰ ਗਏ। ਜਦੋਂ ਅਸੀਂ ਵਾਪਸ ਆ ਰਹੇ ਸੀਗੇ ਅਸੀਂ ਦੇਖਿਆ ਸਾਡੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਾਨੂੰ ਓਵਰਟੇਕ ਕਰਕੇ ਗਿਆ ਅਤੇ ਬੇਕਾਬੂ ਹੋ ਗਿਆ ਅਤੇ ਉਸ ਮੋਟਰਸਾਈਕਲ 'ਤੇ ਟੋਟਲ 4 ਸਵਾਰ ਸਨ, ਇੱਕ ਡਰਾਈਵਰ, 2 ਬੱਚੇ ਅਤੇ ਆਖਰ ਵਿੱਚ ਇੱਕ ਲੇਡੀ ਬੈਠੀ ਸੀ। ਸਾਡੇ ਕੋਲੋਂ ਕ੍ਰੋਸ ਕਰਨ ਤੋਂ 25-30 ਫੁੱਟ ਦੂਰ ਜਾ ਕੇ ਅਚਾਨਕ ਡਰਾਈਵਰ ਨੇ ਬ੍ਰੇਕ ਲਾਈ ਕਿਉਂਕਿ ਸਪੋਰਟ ਨਹੀਂ ਸੀਗੀ, ਇੱਕ ਮੋਟਰਸਾਈਕਲ 'ਤੇ 4 ਬੰਦੇ ਸੀਗੇ, ਅਚਾਨਕ ਉਹ ਲੇਡੀ ਗਿਰ ਗਈ। ਅਸੀਂ ਗੱਡੀ ਰੁਕੀ ਰਹੀ, ਅਸੀਂ ਲੋਕਾਂ ਨੂੰ ਹੈਲਪ ਕਰਨ ਲਈ ਕਿਹਾ, ਉਹਨਾਂ ਨੇ ਗੱਡੀ 'ਚ ਉਠਾ ਕੇ ਸਾਡੀ ਗੱਡੀ 'ਚ ਬਿਠਾਇਆ। ਮੈਂ ਤੁਰੰਤ ਬੀਇੰਗ ਏ ਡਾਕਟਰ, ਕਿਉਂਕਿ ਇਹ ਡਾਕਟਰ ਦੀ ਰਿਸਪੋਂਸੀਬਿਲਟੀ ਹੁੰਦੀ, ਉਹਦੇ ਸਾਹਮਣੇ ਐਕਸੀਡੈਂਟ ਹੋਏ, ਜਲਦੀ ਨਾਲ ਆਪਣੀ ਗੱਡੀ 'ਚ ਬਿਠਾਇਆ, ਉਹਦੇ ਘਰ ਵਾਲੇ ਨੂੰ ਬਿਠਾਇਆ ਅਤੇ ਅਸੀਂ 15 ਮਿੰਟ ਦੇ ਵਿੱਚ ਤੇਜ਼ ਗੱਡੀ ਚਲਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਮਰਜੈਂਸੀ ਵਾਰਡ 'ਚ ਉਹਨਾਂ ਨੂੰ ਦਾਖਲ ਕਰਾਇਆ।
ਅਤੇ ਸਟਾਫ ਨੂੰ ਮੈਂ ਆਪਣਾ ਇੰਟਰੋਡਕਸ਼ਨ ਦੇ ਕੇ ਇਹ ਕਿਹਾ ਵੀ ਜਲਦੀ ਨਾਲ ਇਹਨਾਂ ਦਾ ਇਲਾਜ ਕਰੋ, ਬਾਕੀ ਮਰੀਜ਼ ਛੱਡੋ, ਇਹ ਸੀਰੀਅਸ ਹੈ। ਉਹ ਤੋਂ ਬਾਅਦ ਬਰੋਟ ਵਾਈ ਕਰਕੇ ਮੈਂ ਰਜਿਸਟਰ 'ਚ ਸਾਈਨ ਕੀਤੇ, ਬਕਾਇਦਾ ਆਪਣਾ ਫੋਨ ਨੰਬਰ ਲਿਖਿਆ ਅਤੇ ਉਹਨਾਂ ਨੂੰ ਇਹ ਦੱਸਿਆ ਵੀ ਅਚਾਨਕ ਕੋਈ ਘਟਨਾ ਹੋਵੇ ਪੁਲਿਸ ਨੂੰ ਰਿਪੋਰਟ ਕਰੋ ਅਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਓ ਤਾਂ ਕਿ ਮੈਂ ਦੱਸ ਪਾਵਾਂ ਵੀ ਹੋਇਆ ਕੀ ਸੀਗਾ। ਅੱਧੀ ਰਾਤ ਨੂੰ ਅਚਾਨਕ ਸਾਨੂੰ ਪਤਾ ਲੱਗਿਆ ਵੀ ਉਹ ਲੇਡੀ ਐਕਸਪਾਇਰ ਹੋ ਗਈ। ਫਿਰ ਮੈਨੂੰ ASI ਸਾਹਿਬ ਦਾ ਫੋਨ ਆਇਆ, ਇਨਵੈਸਟੀਗੇਟਿੰਗ ਆਫਿਸਰ ਦਾ, ਪੁਲਿਸ ਥਾਣਾ ਮਾਡਲ ਟਾਊਨ ਤੋਂ। ਉਹਨਾਂ ਨੇ ਇਹ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਸਵੇਰੇ ਆਓ, ਅਸੀਂ ਤੁਹਾਡੀ ਗੱਡੀ ਚੈੱਕ ਕਰਨੀ, ਤੁਸੀਂ ਰਾਤ ਟੱਕਰ ਮਾਰੀ ਹੈ। ਅਗਲੇ ਦਿਨ ਅਸੀਂ ਸਵੇਰੇ 16/11/2024 ਨੂੰ ਗਏ, ਸਾਡੀ ਗੱਡੀ ਚੈੱਕ ਕਰਨ ਉਪਰੰਤ ਪੁਲਿਸ ਵਾਲਿਆਂ ਨੇ ਡਿਕਲੇਅਰ ਕੀਤਾ ਵੀ ਇਹਦੇ 'ਤੇ ਕੋਈ ਕਿਸੇ ਤਰ੍ਹਾਂ ਦਾ ਨਿਸ਼ਾਨ ਨਹੀਂ ਹੈ। ਫਿਰ ਉਹ ਕੰਪਲੇਂਟੈਂਟ ਦਾ ਮੋਟਰਸਾਈਕਲ ਚੈੱਕ ਕੀਤਾ, ਉਹਦੇ 'ਤੇ ਵੀ ਨਹੀਂ ਸੀਗਾ। ਅਤੇ ਐਂਡ ਵਿੱਚ ਕੰਪਲੇਂਟੈਂਟ ਨੂੰ ਜਦੋਂ ਕਿਹਾ ਵੀ ਕੋਈ ਗਵਾਹ, ਕੋਈ ਸਬੂਤ, ਕੋਈ ਪ੍ਰੂਫ ਤੇਰੇ ਕੋਲ ਹੈਗਾ, ਤਾਂ ਉਹਨੇ ਕਿਹਾ ਮੈਂ ਆਪ ਹੀ ਸਬੂਤ ਗਵਾਹ ਹੈਗਾ ਅਤੇ ਇਕੱਲੀ ਚੱਲਦੇ ਮੋਟਰਸਾਈਕਲ 'ਤੇ ਇਹਨਾਂ ਦੀ ਗੱਡੀ ਮੇਰੀ ਇਕੱਲੀ ਲੇਡੀ ਦੇ ਵਿੱਚ ਟਕਰਾਈ, ਨਾ ਮੇਰੇ ਬੱਚੇ ਨੂੰ ਸੱਟ ਲੱਗੀ, ਨਾ ਮੈਨੂੰ ਸੱਟ ਲੱਗੀ, ਨਾ ਮੋਟਰਸਾਈਕਲ ਨੂੰ ਕੋਈ ਖਰੋਂਚ ਆਈ। ਅਸੀਂ 25-30 ਫੁੱਟ ਦੂਰ ਜਾ ਕੇ ਜਦੋਂ ਬ੍ਰੇਕ ਲਾਈ, ਲੇਡੀ ਡਿੱਗ ਗਈ ਅਤੇ ਉਹਦੇ ਸਿਰ 'ਚ ਸੱਟ ਲੱਗ ਗਈ ਕਿਉਂਕਿ ਥੱਲੇ ਸੜਕ ਪੱਕੀ ਸੀ। ਹੁਣ ਖਾਸ ਗੱਲ ਇਹ, ਅਸੀਂ ਜਦੋਂ ਉਹਨਾਂ ਨੂੰ ਇਹ ਕਿਹਾ ਵੀ ਅਜੇ ਤੱਕ ਮਾਮਲਾ ਇਨਵੈਸਟੀਗੇਸ਼ਨ 'ਚ ਰੱਖੋ, ਪੂਰੀ ਘੋਖ ਕਰੋ ਵੀ ਐਕਸੀਡੈਂਟ ਹੋਇਆ ਨਹੀਂ ਹੋਇਆ, ਕਿਉਂਕਿ ਗੱਡੀਆਂ 'ਤੇ ਤਾਂ ਕੋਈ ਸੱਟ ਲੱਗੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ, ਕੋਈ CCTV ਕੈਮਰਾ ਨਹੀਂ, ਕੋਈ ਵਿਟਨੈਸ ਨਹੀਂ। ਜਿਹੜਾ ਪੁਲਿਸ ਨੇ ਵਿਟਨੈਸ ਬਣਾਇਆ ਉਹੀ ਬਣਾ ਲਿਆ, ਜਿਹਦੇ ਘਰ ਦੇ ਮੈਂਬਰ ਨੂੰ ਸੱਟ ਲੱਗੀ ਸੀਗੀ ਉਹ ਤਾਂ ਵਿਟਨੈਸ ਗਿਣਿਆ ਹੀ ਨਹੀਂ ਜਾਣਾ। ਚਲੋ ਐਨੀ ਹੋ, ਸਾਨੂੰ ਇਹ ਦੱਸਿਆ ਗਿਆ ਵੀ ਅਸੀਂ ਤੁਹਾਡੇ ਅਗੇਂਸਟ FIR ਦਰਜ ਕਰ ਲਈ, ਕਿਉਂਕਿ ਸਾਡੇ 'ਤੇ ਯੂਨੀਅਨ ਦਾ ਪ੍ਰੈਸ਼ਰ ਹੈ ਬਹੁਤ ਜ਼ਿਆਦਾ, ਪਲੱਸ ਅਸੀਂ ਤੁਹਾਡੀ ਗੱਡੀ ਬੌਂਡ ਕਰ ਲਈ। ਬੇਸ਼ੱਕ ਤੁਹਾਡੇ ਕੋਈ ਐਕਸੀਡੈਂਟ ਨਹੀਂ ਹੋਇਆ, ਨਹੀਂ ਹੋਇਆ ਨਾ ਸਹੀ, ਅਸੀਂ ਕੋਈ ਨਾ ਕੋਈ ਤਾਂ ਕਾਰਵਾਈ ਪਾਣੀ ਹੈ। ਠੀਕ ਹੈ, ਚਲੋ, ਕਿਉਂਕਿ ਅਸੀਂ ਬੀਇੰਗ ਏ ਗਜ਼ਟਡ ਆਫਿਸਰ ਇਹ ਅਕਸੈਪਟ ਕਰਨਾ ਹੁੰਦਾ, ਬੀਇੰਗ ਏ ਡਾਕਟਰ, ਚਲੋ ਜੋ ਵੀ ਹੋਇਆ। ਪਰ ਹੁਣ ਖਾਸ ਗੱਲ ਇਹ ਹੈ, ਅਸੀਂ ਖੁਦ ਹੀ ਉਸ ਮਰੀਜ਼ ਨੂੰ ਆਪਣੀ ਗੱਡੀ 'ਚ ਲੈ ਕੇ ਗਏ। ਇੱਕ ਪਾਸੇ ਤਾਂ ਸਰਕਾਰ ਪ੍ਰਮੋਟ ਕਰ ਰਹੀ ਹੈ ਵੀ ਰੋਡ ਸਾਈਡ ਐਕਸੀਡੈਂਟ ਵਿਕਟਮ ਨੂੰ ਤੁਸੀਂ ਹਸਪਤਾਲ ਲੈ ਕੇ ਆਓ, ਦੂਜੇ ਪਾਸੇ ਬਿਨਾਂ ਕਿਸੇ ਸਬੂਤ, ਬਿਨਾਂ ਕਿਸੇ ਪ੍ਰੂਫ, ਬਿਨਾਂ ਕਿਸੇ ਗਵਾਹ ਦੇ ਉਹਨਾਂ ਨੇ ਸਾਡੇ 'ਤੇ ਹੀ ਪਰਚਾ ਦਰਜ ਕੀਤਾ, ਮੇਰੀ ਗੱਡੀ ਇੰਪਾਊਂਡ ਕੀਤੀ। ਨੈਚੁਰਲੀ ਸਾਰਾ ਦਿਨ ਅਸੀਂ ਉੱਥੇ ਵੇਸਟ ਕੀਤਾ ਅਤੇ ਫਿਊਚਰ 'ਚ ਅਸੀਂ ਕੋਰਟ ਕਚਹਿਰੀਆਂ 'ਚ ਘੁੰਮਾਂਗੇ, ਜਦੋਂ ਕਿ ਖੁਦ ਪੁਲਿਸ ਵਾਲੇ ਹੀ ਇਹ ਮੰਨ ਲਏ ਕਿ ਸਾਡੇ ਕੋਈ ਸਬੂਤ ਪ੍ਰੂਫ ਨਹੀਂ ਹੈ। ਡਾਕਟਰ ਸਾਹਿਬ ਇੱਕ ਸਵਾਲ ਕਰਾਂਗੇ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਬੂਤ ਨਹੀਂ ਹੈ, ਕੋਈ ਗੱਡੀ ਦੇ ਖਰੋਚ ਨਹੀਂ ਆਈ ਹੈ ਜਾਂ ਮੋੜ ਨਹੀਂ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਪੁਲਿਸ ਵਾਲੇ ਵਾਰ ਵਾਰ ਕਹਿ ਰਹੇ ਜੀ ਹਾਂ, ਜਿਸ ਤਰ੍ਹਾਂ ਖਰੋਚ ਨਹੀਂ ਹੈਗੀ ਹੈ। ਹਾਂ, ਪ੍ਰੈਸ ਵਾਲੇ ਕਹਿ ਰਹੇ, ਸਾਡੇ ਕੋਲ ਪ੍ਰੈਸ ਰਿਲੀਜ਼ ਹੈਗੀਆਂ ਜਿਹੜੀਆਂ ਇਹ ਕਹਿ ਰਹੇ ਕੋਈ ਗੱਡੀ ਦੇ ਸਬੂਤ ਪ੍ਰੂਫ ਨਹੀਂ ਹੈ। ਪੁਲਿਸ ਨੇ ਥੋਰਲੀ ਚੈੱਕ ਕੀਤੀ, ਕੰਪਲੇਂਟੈਂਟ ਨੂੰ ਵੀ ਦਿਖਾ ਦਿੱਤੀ, ਸਭ ਨੇ ਦੇਖ ਲਈ ਜੀ। ਪਰ ਜਿਹੜਾ ਮੈਂ ਤੁਹਾਨੂੰ ਸਵਾਲ ਕਰਾਂਗਾ, ਜਿਹੜੇ ਬਾਈਕ 'ਤੇ ਸਵਾਰ ਵਿਅਕਤੀ ਸੀਗੇ ਉਹ ਕਿੰਨੇ ਟੋਟਲ? 4 ਵਿਅਕਤੀ, ਟੋਟਲ 4 ਵਿਅਕਤੀ ਸੀਗੇ। ਹੈਲਮੈਟ ਕਿਸੇ ਨੇ ਨਹੀਂ ਪਾਇਆ ਹੋਇਆ, ਕਿਸੇ ਨੇ ਹੈਲਮੈਟ ਨਹੀਂ ਪਾਇਆ ਹੋਇਆ, ਜਗ੍ਹਾ ਜਗ੍ਹਾ ਬਾਜ਼ਾਰ 'ਚ ਘੁੰਮ ਕੇ ਆਏ, ਕਈ ਜਗ੍ਹਾ 'ਤੇ CCTV ਕੈਮਰਿਆਂ ਨਾਲ ਰਿਕਾਰਡ ਕੀਤਾ ਹੋਏਗਾ। ਐਂਡ ਵਿੱਚ ਇੱਕ ਲੇਡੀ ਆਖਰ 'ਚ ਬੈਠੀ ਮੋਟਰਸਾਈਕਲ 'ਤੇ, ਆਖਰ 'ਚ ਬੈਠੀ ਲੇਡੀ ਨੂੰ ਕੋਈ ਸਪੋਰਟ ਨਹੀਂ ਹੁੰਦੀ, ਜਦੋਂ ਬ੍ਰੇਕ ਲੱਗਦਾ ਤਾਂ ਰੂਟੀਨ 'ਚੋਂ ਡਿੱਗਣ ਦੇ ਚਾਂਸਿਸ ਹੁੰਦੇ। ਨਹੀਂ, ਜੋ ਮੈਂ ਪੁਲਿਸ ਦਾ ਰਵੱਈਆ ਦੇਖਿਆ, ਮੈਨੂੰ ਤਾਂ ਇੱਦਾਂ ਲੱਗ ਰਿਹਾ ਵੀ ਅੱਗੇ ਤੋਂ ਕੋਈ ਮਰੀਜ਼ ਹਸਪਤਾਲ ਨਾ ਹੀ ਲੈ ਕੇ ਜਾਓ, ਇਹ ਤਾਂ ਵਧੀਆ, ਆਰਾਮ ਨਾਲ ਦੇਖੋ, ਜਦੋਂ ਤੁਹਾਨੂੰ ਲੱਗਦਾ ਵੀ ਨਹੀਂ ਲਿਜਾਣਾ ਚਾਹੀਦਾ ਤਾਂ ਰਹਿਣ ਤੋਂ ਨਾ ਖੜੋ। ਲੱਗਦਾ
ਤੁਸੀਂ ਤਾਂ ਇਨਸਾਨੀਅਤ ਦੇ ਤੌਰ ਤੇ ਹੈ ਨਾ ਮਰੀਜ਼ ਨਹੀਂ, ਸਾਨੂੰ ਕੋਈ ਅਫਸੋਸ ਨਹੀਂ ਸਾਡੇ ਤੇ ਕਾਰਵਾਈ, ਤੁਹਾਡੇ ਤੇ ਕਾਰਵਾਈ ਕਰ ਦਿੱਤੀ ਜਾਏਗੀ? ਨਹੀਂ, ਸਾਡੇ ਦਿਮਾਗ 'ਚ ਇਹ ਸੀਗਾ ਵੀ ਅਸੀਂ ਮਰੀਜ਼ ਨੂੰ ਪਹਿਲਾਂ ਹਸਪਤਾਲ ਲੈ ਕੇ ਜਾਈਏ, ਜਦੋਂ ਪੁਲਿਸ ਕਾਲ ਕਰੇਗੀ ਅਸੀਂ ਪ੍ਰੈਜੈਂਟ ਹੋਏ ਅਤੇ ਅਸੀਂ ਉਹਨਾਂ ਨਾਲ ਕੋਪਰੇਟ ਕਰੀਏ ਅਤੇ ਸਰਚ ਕਰੀਏ, ਜੇ ਵਾਕਈ ਸਾਡੀ ਕੋਈ ਗਲਤੀ ਹੈ ਜੋ ਰੂਲ ਦੇ ਮੁਤਾਬਕ ਸਾਡੇ 'ਤੇ ਰੂਲ ਲੱਗਦਾ ਲਾਇਆ ਜਾਵੇ। ਮੇਰਾ ਕਹਿਣਾ ਇਹ ਹੈ ਵੀ ਜੇ ਪੁਲਿਸ ਨੇ FIR ਦਰਜ ਕਰਨੀ ਸੀਗੀ, ਵਾਈ ਨੋਟ ਅਨਨੋਨ ਅਤੇ ਅਗੇਂਸਟ ਜਿੰਨੀ ਦੇਰ ਤੱਕ ਸਬੂਤ ਨਹੀਂ ਲੱਭਦੇ, ਨੰਬਰ ਇੱਕ, ਜਾਂ ਸਿੰਪਲ ਧਾਰਾ 'ਚ ਉਹ ਕਹਿ ਦਿੰਦੇ ਵੀ ਕੋਈ ਰੂਟੀਨ ਦੀ ਡਾਇਰੀ 'ਚ ਨੋਟ ਕਰੋ, ਜਦੋਂ ਪਰੂਫ ਲੱਭਣਗੇ ਜਿਹੜਾ ਬੰਦਾ ਹੈਗਾ ਅਰੈਸਟ ਕਰੋ। ਹੁਣ ਦੇਖੋ ਨਾ, ਮੇਰੇ ਡਰਾਈਵਰ 'ਤੇ ਬਿਨਾਂ ਵਜ੍ਹਾ ਬਗੈਰ ਐਕਸੀਡੈਂਟ ਪਰੂਫ ਦੇ FIR ਹੋ ਗਈ, ਮੇਰੀ ਗੱਡੀ ਬੌਂਡ ਕਰ ਲਈ, ਅਸੀਂ ਕੋਰਟਾਂ ਕਚਹਿਰੀਆਂ 'ਚ ਇਹੋ ਹੀ ਸਾਬਤ ਕਰਦੇ ਰਹਾਂਗੇ ਵੀ ਕਸੂਰ ਕਿਹਦਾ, ਪੁਲਿਸ ਖੁਦ ਹੀ ਕਹਿ ਰਹੀ ਸਾਡੇ ਕੋਲ ਕੋਈ ਸਬੂਤ ਹੈ ਨਹੀਂ। ਪੁਲਿਸ ਨੇ ਸਬੂਤ ਨਹੀਂ ਹੈਗਾ, ਫਿਰ ਕੀ ਲੱਗਦਾ ਕਿਉਂ ਮਾਮਲਾ ਦਰਜ ਕਰ ਦਿੱਤਾ ਗਿਆ? ਪ੍ਰੈਸ਼ਰ ਸੀਗਾ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਲੱਗ ਰਿਹਾ ਹੋਵੇ? ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਇਹਦੇ ਬਾਰੇ ਮੇਰਾ ਕੋਈ ਕਮੈਂਟ ਨਹੀਂ ਹੈ, ਕਿਉਂਕਿ ਪੁਲਿਸ ਦਾ ਆਪਣਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ, ਅਸੀਂ ਪੁਲਿਸ ਦੀ ਕਾਰਿਆਸ਼ੈਲੀ 'ਤੇ ਕੋਈ ਨਹੀਂ ਹੈ। ਮੈਨੂੰ ਤਾਂ ਇਹੋ ਹੀ ਰਿਜੈਂਟਮੈਂਟ ਹੈ ਵੀ ਜੇ ਉਹਨਾਂ ਕੋਈ ਸਬੂਤ ਪਰੂਫ ਨਹੀਂ ਸੀਗਾ ਤਾਂ ਵਾਈ ਨੋਟ FIR ਅਗੇਂਸਟ ਅਨਨੋਨ, ਜਿੰਨੀ ਜਦੋਂ ਸਬੂਤ ਲੱਭ ਲੈਂਦੇ ਸਾਨੂੰ ਅਰੈਸਟ ਕਰ ਲੈਂਦੇ, ਗੱਡੀ ਬੌਂਡ ਕਰ ਲੈਂਦੇ, ਜੋ ਮਰਜ਼ੀ ਕਰ ਲੈਂਦੇ। ਪਰ ਜੇ ਆਪਣੇ ਮੂੰਹੋਂ ਹੀ ਉਹ ਕਹਿ ਰਹੇ ਸਾਡੇ ਕੋਲ ਸਬੂਤ ਪਰੂਫ ਨਹੀਂ ਤਾਂ ਫਿਰ ਬਣਦਾ ਨਹੀਂ, FIR ਵੀ ਹੋ ਗਈ, ਗੱਡੀ ਵੀ ਬੌਂਡ ਹੋ ਗਈ, ਇਹਦਾ ਮਤਲਬ ਅਸੀਂ ਲਿਜਾ ਕੇ ਗਲਤੀ ਕੀਤੀ। ਲੱਗਦਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ, ਅੱਗੇ ਤੋਂ ਕੋਈ ਐਕਸੀਡੈਂਟ ਰੋਡ ਸਾਈਡ ਹੋਏਗਾ ਜਾਂ ਕੋਈ ਵੱਡਾ ਹਾਦਸਾ ਹੋਵੇ, ਕੋਈ ਹੱਥ ਨਹੀਂ ਪਾਏਗਾ ਕਿਸੇ ਨੂੰ ਹਸਪਤਾਲ ਨਹੀਂ ਲੈ ਕੇ? ਨਹੀਂ, ਮੈਂ ਇਹ ਤਾਂ ਨਹੀਂ ਰਿਕਮੈਂਡ ਕਰਾਂਗਾ ਐਜ਼ ਏ ਡਾਕਟਰ ਨਾ ਪਾਏ, ਪਰ ਮੈਂ ਟਰਾਈ ਕਰਾਂਗਾ ਵੀ ਅੱਗੇ ਤੋਂ ਜੇ ਰੋਡ ਸਾਈਡ 'ਤੇ ਕੋਈ ਮਰੀਜ਼ ਮਿਲੇ ਤਾਂ ਪੁਲਿਸ ਐਂਬੂਲੈਂਸ ਨੂੰ ਹੀ ਕਹਿ ਦਿਓ ਤੁਸੀਂ ਚੱਕ ਕੇ ਲੈ ਜਾਓ, ਅਸੀਂ ਘਚੋਲੇ 'ਚ ਕਿਉਂ ਪੈਣਾ? ਕਿਉਂਕਿ ਸਰਕਾਰ ਜੋ ਕਹਿ ਰਹੀ ਮੈਨੂੰ ਨਹੀਂ ਲੱਗਦਾ ਉਹ ਇੰਪਲੀਮੈਂਟ ਹੋ ਰਿਹਾ। ਹੁਣ ਸੀਨੀਅਰ ਪੁਲਿਸ ਅਥਾਰਟੀ ਤੋਂ ਤੁਸੀਂ ਜਾਂ ਸਰਕਾਰ ਤੋਂ ਕੀ ਅੱਗੇ ਮੰਗ? ਨਹੀਂ, ਮੈਂ ਤਾਂ ਜਲਦੀ ਕੰਪਲੇਂਟ ਕਰਾਂਗਾ SSP ਨੂੰ, ਠੀਕ ਹੈ ਨਾ, ਅਸੀਂ ਜਸਟਿਸ ਦੀ ਡਿਮਾਂਡ ਕਰਾਂਗੇ, ਮੈਂ ਜਲਦੀ ਕੰਪਲੇਂਟ ਫਾਈਲ ਕਰਾਂਗਾ ਵੀ ਇਹਦੀ ਇਨਕੁਆਇਰੀ ਕਰੋ, ਇਨਕੁਆਇਰੀ ਕਰਕੇ ਦੇਖੋ ਜੇ ਸਬੂਤ ਪਰੂਫ ਸਾਡੇ ਅਗੇਂਸਟ ਹੈ ਸਾਨੂੰ ਜੋ ਕਰਨਾ ਕਰੋ, ਜੇ ਨਹੀਂ ਹੈ ਤਾਂ ਜਲਦੀ ਨਾਲ FIR ਰਿਕੁਐਸਟ ਕਰੋ। ਨਹੀਂ, ਅਸਲ ਵਿੱਚ ਮੈਂ ਦੇਖੋ ਅਸੀਂ ਡਾਕਟਰ ਹਾਂ, ਮੈਂ ਉਹਨਾਂ ਨੂੰ ਇਹ ਔਫਰ ਕੀਤਾ ਸੀਗਾ ਛੱਡੋ, ਕੋਈ ਐਕਸੀਡੈਂਟ ਹੋਇਆ ਨਹੀਂ ਹੋਇਆ, ਅਚਾਨਕ ਜੋ ਵੀ ਹੋਇਆ ਇੱਕ ਮੰਦਭਾਗੀ ਘਟਨਾ ਹੋਈ, ਮੈਂ ਆਪਣੇ ਲੈਵਲ 'ਤੇ ਚਾਹੁੰਦਾ ਸੀ ਵੀ ਬੀਇੰਗ ਏ ਡਾਕਟਰ ਉਹਨਾਂ ਦੀ ਪੂਰੀ ਹੈਲਪ ਕਰਾਂ। ਅਸੀਂ ਉਹਨਾਂ ਨੂੰ ਇਹ ਔਫਰ ਕੀਤਾ ਵੀ ਇਹ ਕੋਰਟ ਕਚਹਿਰੀ ਨੂੰ ਛੱਡੋ, ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਹਾਂ, ਅਸੀਂ ਇਹ ਭੁੱਲ ਜਾਣਾ ਵੀ ਸਾਡੇ ਨਾਲ ਐਕਸੀਡੈਂਟ ਹੋਇਆ, ਉੱਦਾਂ ਹੋਇਆ, ਸਲਿਪ ਕਰਕੇ ਹੋਇਆ ਜਾਂ ਗਿਰ ਕੇ ਹੋਇਆ, ਪਰ ਇਹ ਪੁਲਿਸ ਦੀ ਕਾਰਵਾਈ ਤੋਂ ਬਾਅਦ ਮੈਨੂੰ ਇੱਦਾਂ ਲੱਗਿਆ ਵੀ ਜਦੋਂ ਮਾਮਲਾ ਕੋਰਟ 'ਚ ਹੀ ਜਾਣ ਲਈ ਤਿਆਰ ਹੈ ਤਾਂ ਫਿਰ ਸਾਨੂੰ ਕੁਛ ਵੀ ਨੈਗੋਸ਼ੀਏਟ ਨਹੀਂ ਕਰਨਾ ਚਾਹੀਦਾ। ਮੋਟਰਸਾਈਕਲ ਆ ਰਿਹਾ ਸੀ ਮੇਨ ਰੋਡ 'ਤੇ, ਗਲੀ ਦੇ ਵਿੱਚੋਂ ਕਾਰ ਮੇਨ ਰੋਡ 'ਤੇ ਚੜ੍ਹੀ ਆ, ਉੱਧਰ ਮੋਟਰਸਾਈਕਲ ਆਇਆ ਅਤੇ ਕਹਿੰਦੇ ਮੇਰੇ ਵਿੱਚ ਬਚ ਕੇ ਅਤੇ ਤਾਂ ਅਸੀਂ ਡਿੱਗੇ ਹਾਂ, ਹੋਰ ਉੱਥੇ ਕੋਈ ਟੋਇਆ ਟਿੱਬਾ ਵੀ ਹੈ ਨਹੀਂ ਭਾਅ ਜੀ, ਉਹਦੇ ਵਿੱਚ ਭੱਜ ਕੇ ਡਿੱਪ ਹੈ ਉਹ। ਮੋਟਰਸਾਈਕਲ ਦੇ ਦੋ ਬੱਚੇ ਸੀਗੇ, ਇੱਕ ਆਪ ਸੀਗੇ, ਇੱਕ ਲੇਡੀ ਸੀ, ਲੇਡੀ ਦੀ ਡੈਥ ਹੋ ਗਈ ਆ। ਪਰ ਉਹ ਕਹਿ ਰਹੇ ਕਿ ਅਸੀਂ ਤਾਂ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਇਨਸਾਨੀਅਤ, ਹਾਂਜੀ ਹਾਂਜੀ ਲੈ ਕੇ ਗਏ ਆ, ਉੱਥੇ ਲੈ ਕੇ ਗਏ ਆ ਉਹ ਜੀ, ਅਤੇ ਉਹ ਕਹਿੰਦੇ ਹਾਂ ਸਕਰੈਚ ਵੀ ਕੋਈ ਨਹੀਂ ਹੈ, ਮਦਈ ਵੀ ਕਹਿ ਰਿਹਾ ਵੀ ਕਹਿੰਦਾ ਮੇਰੀ ਇਹਦੇ 'ਚ ਗੱਡੀ 'ਚ ਲੱਗਣ ਕਰਕੇ ਡਿੱਗਿਆ ਜੀ। ਕੋਈ ਤੁਹਾਡੇ ਵੱਲੋਂ ਜਾਂਚ ਪੜਤਾਲ ਕੀਤੀ ਗਈ CCTV ਜਾਂ ਕੈਮਰਾ ਹੈਗਾ? ਉਹ ਦੂਰ ਬਹੁਤ ਲੱਗਾ ਹੈ, ਉਹਦਾ ਛੋਟਾ ਜਿਹਾ ਦਿਖਦਾ, ਇੰਨਾ ਸਾਫ਼ ਨਹੀਂ ਦਿਖਦਾ ਉਹ ਜੀ। ਅਤੇ ਕਿੰਨੇ 'ਤੇ ਮਾਮਲਾ ਦਰਜ, ਕੁੱਲ ਕਿੰਨੇ ਹੋਏ? ਹਾਂਜੀ ਇੱਕ ਵਿਅਕਤੀ 'ਤੇ ਮਾਮਲਾ ਦਰਜ, ਹਾਂਜੀ ਇੱਕ 'ਤੇ ਡਰਾਈਵਰ 'ਤੇ ਹੋਇਆ ਕਾਰ ਚਾਲਕ 'ਤੇ। ਅਤੇ ਕਿਸ ਤਹਿਤ ਮਾਮਲਾ ਕੀਤਾ ਗਿਆ? 281 BNS। ਉਹ ਮਦਈ ਕਹਿੰਦਾ ਸਰ ਲੇਡੀ ਜਿਹੜੀ ਸੀ ਉਹਦੀਆਂ ਲੱਤਾਂ 'ਚ ਵੱਜੀ ਆ ਗੱਡੀ, ਲੱਤਾਂ 'ਚ ਵੱਜਣ ਨਾਲ ਉਹਦਾ ਬੈਲੈਂਸ ਵਿਗੜ ਗਿਆ ਤਾਂ ਡਿੱਗੇ ਜੀ।
ਤੇ ਉਸ ਤੋਂ ਬਾਅਦ ਹੁਣ ਸੋਰੀ ਗੱਡੀ ਜਿਹੜੀ ਇੰਪੋਨ ਕੀਤੀ ਹੈ। ਹਾਂਜੀ, ਗੱਡੀ ਕਬਜ਼ੇ 'ਚ ਆ। ਨਸ਼ੇ ਕੀ ਲੱਤ ਕੇ ਖਿਲਾਫ਼ ਚੱਲ ਰਹੇ ਅਭਿਆਨ ਕੇ ਤਹਿਤ ਜਲੰਧਰ ਗ੍ਰਾਮੀਣ ਪੁਲਿਸ ਨੇ ਪਤਾਰਾ ਕੇ ਜੈਤੋ ਵਾਲੀ ਗਾਂਵ ਕੇ ਦੋ ਯੁਵਕੋਂ ਕੋ ਜਲੰਧਰ ਕੇ ਸਿਵਲ ਹਸਪਤਾਲ ਮੇਂ ਮਾਡਲ ਡਰੱਗ ਡੀ ਐਡਿਕਸ਼ਨ ਸੈਂਟਰ ਮੇਂ ਭਰਤੀ ਕਰਵਾਇਆ। ਤਾਂ ਵਹੀਂ ਯੇ ਪ੍ਰਯਾਸ ਪੰਜਾਬ ਸਰਕਾਰ ਕੇ ਨਸ਼ਾ ਮੁਕਤ ਸਮਾਜ ਬਣਾਉਣ ਕੇ ਮਿਸ਼ਨ ਕਾ ਇੱਕ ਹਿੱਸਾ ਹੈ। ਵਹੀਂ ਸਥਾਨੀ ਪੰਚਾਇਤ ਸੇ ਮੇਰੀ ਜਾਣਕਾਰੀ ਕੇ ਆਧਾਰ ਪਰ ਦਿਹਾੜੀ ਮਜ਼ਦੂਰ ਸੁਰੇਂਦਰ ਸਿੰਘ ਕੇ ਬੇਟੇ ਬਰਜਿੰਦਰ ਕੁਮਾਰ ਔਰ ਰੋਹਿਤ ਕੁਮਾਰ ਕੀ ਪਹਿਚਾਣ ਕੀ ਗਈ। ਪਰਿਵਾਰ ਕੀ ਆਰਥਿਕ ਤੰਗੀ ਕੋ ਦੇਖਤੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕੀ ਔਰ ਸੁਨਿਸ਼ਚਿਤ ਕੀਆ ਕਿ ਯੁਵਕੋਂ ਕੋ ਪੇਸ਼ੇਵਰ ਦੇਖਭਾਲ ਮਿਲੀ। ਵਹੀਂ ਵਰਿਸ਼ਠ ਪੁਲਿਸ ਅਧੀਕਸ਼ਕ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਕਾਰਵਾਈ ਡੀ ਜੀ ਪੀ ਪੰਜਾਬ ਗੌਰਵ ਯਾਦਵ ਆਈ ਪੀ ਐੱਸ ਦੁਆਰਾ ਜ਼ਮੀਨੀ ਸਤਰ ਪਰ ਮਾਦਕ ਦਰਵਿਓਂ ਕੇ ਸੇਵਨ ਕੇ ਮੁੱਦੋਂ ਕੋ ਸੰਬੋਧਿਤ ਕਰਨੇ ਕੇ ਲਈ ਸ਼ੁਰੂ ਕੀ ਗਈ। ਸੰਪਰਕ ਪਹਿਲ ਕੇ ਤਹਿਤ ਕੀ ਗਈ ਥੀ ਨਸ਼ਾ ਮੁਕਤੀ ਕੇਂਦਰ ਮੇਂ ਚਿਕਿਤਸਾ ਦੇਖਭਾਲ ਔਰ ਪਰਾਮਰਸ਼ ਸਹਿਤ ਵਿਆਪਕ ਉਪਚਾਰ ਪ੍ਰਦਾਨ ਕੀਆ ਜਾਏਗਾ, ਜਿਸ ਕਾ ਲਕਸ਼ ਰੋਗੀਓਂ ਕੋ ਸਮਾਜ ਮੇਂ ਫਿਰ ਸੇ ਸ਼ਾਮਿਲ ਕਰਨਾ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਪੰਜਾਬ ਸਰਕਾਰ ਵੱਲੋਂ ਪੰਜਾਬ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਮਾਣਯੋਗ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਜੀ ਵੱਲੋਂ ਅਤੇ ਮਾਣਯੋਗ ਡੀ ਐਸ ਪੀ ਸਾਹਿਬ ਆਦਮਪੁਰ ਸਬ ਡਿਵੀਜ਼ਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਿੰਡ ਚੇਤੇ ਵਾਲੀ ਦੇ ਦੋ ਲੜਕੇ, ਇੱਕ ਰੋਹਿਤ ਕੁਮਾਰ ਜਿਹਦੀ ਉਮਰ 40 ਸਾਲ, ਬਰਜਿੰਦਰ ਕੁਮਾਰ ਜਿਹਦੀ ਉਮਰ 34 ਸਾਲ, ਦੋਵੇਂ ਸਕੇ ਭਰਾ ਸਨ ਆਫ ਸੁਰਿੰਦਰ ਸਿੰਘ ਜੋ ਨਸ਼ਾ ਕਰਨ ਦੇ ਆਦੀ ਸਨ। ਜੇ ਇਹਨਾਂ ਦੇ ਪਿਤਾ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਜਿਹੜੇ ਮੇਰੇ ਲੜਕੇ ਆ, ਮੈਂ ਬਹੁਤ ਗਰੀਬ ਆਦਮੀ ਹਾਂ, ਇਹਨਾਂ ਦਾ ਨਜ਼ਰ ਨਸ਼ਾ ਛਡਾਇਆ ਜਾਵੇ। ਇਸ ਤਰ੍ਹਾਂ ਪਿੰਡ ਦੀ ਜਿਹੜੀ ਸਰਪੰਚ ਹੈ ਸ਼੍ਰੀਮਤੀ ਸੁਖਰੀ ਦੇਵੀ ਜੀ ਨੇ ਕਿਹਾ ਕਿ ਗਰੀਬ ਆਦਮੀ ਆ, ਇਹਨਾਂ ਦਾ ਨਸ਼ਾ ਛਡਾਇਆ ਜਾਵੇ। ਅੱਜ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਵੱਲੋਂ ਨੇ ਦੋਨਾਂ ਨੂੰ ਡੀ ਡਰੱਗ ਡੀ ਐਡਿਕਸ਼ਨ ਸੈਂਟਰ ਜਾਂ ਸਿਵਲ ਹੋਸਪਿਟਲ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ। ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਅਨੁਸਾਰ ਪੰਜਾਬ ਪੁਲਿਸ ਥਾਣਾ ਪਤਾਰਾ ਦੇ ਨੇ ਮੇਰੇ ਦੋ ਬੱਚਿਆਂ ਨੂੰ ਸੈਂਟਰ ਆਪਣੇ ਸਿਵਲ ਹਸਪਤਾਲ 'ਚ ਦਾਖਲ ਕਰਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੁਰਿੰਦਰ ਕੁਮਾਰ ਜੀ ਦੇ ਬੱਚੇ ਰੋਹਿਤ ਕੁਮਾਰ ਅਤੇ ਬਲਵਿੰਦਰ ਕੁਮਾਰ ਜੋ ਕਿ ਨਸ਼ਾ ਕਰਨ ਦੇ ਆਦੀ ਸਨ, ਉਹਨਾਂ ਨੂੰ ਸਮਝਾ ਬੁਝਾ ਕੇ ਅਤੇ ਅਸੀਂ ਇੱਥੇ ਸਿਵਲ ਹਸਪਤਾਲ ਨਸ਼ਾ ਕੇਂਦਰ ਵਿੱਚ ਇਹਨਾਂ ਨੂੰ ਦਾਖਲ ਕਰਾਇਆ ਅਤੇ ਜਿੱਥੇ ਕਿ ਇਹਨਾਂ ਨੂੰ ਡਾਕਟਰ ਸਾਹਿਬ ਨੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਇਸਕਾਨ ਸੰਸਥਾ ਕੀ ਔਰ ਸੇ ਇੱਕ ਸੇ 3 ਦਸੰਬਰ ਤੱਕ ਸਾਏ 5:30 ਵਜੇ ਸੇ ਰਾਤਰੀ 8 ਵਜੇ ਤੱਕ ਇੰਪਰੂਵਮੈਂਟ ਟਰੱਸਟ ਕਮਿਊਨਿਟੀ ਸੈਂਟਰ ਰਣਜੀਤ ਅਵੈਨਿਊ ਨਜ਼ਦੀਕ ਚਿੰਨ ਮੇਂ ਮਿਸ਼ਨ ਮੇਂ ਸ਼੍ਰੀ ਜਗਨਨਾਥ ਕਥਾ ਅੰਮ੍ਰਿਤ ਮਹੋਤਸਵ ਕਾ ਆਯੋਜਨ ਕੀਆ ਜਾ ਰਹਾ ਹੈ। ਇਹ ਕਥਾ ਇਸਕਾਨ ਕੇ ਪ੍ਰਮੁੱਖ ਪਰਮ ਪੂਜ ਸ਼੍ਰੀ ਨਵ ਯੋਗੇਂਦਰ ਜੀ ਮਹਾਰਾਜ ਕਰੇਂਗੀ। ਇਹ ਜਾਣਕਾਰੀ ਇਸਕਾਨ ਅੰਮ੍ਰਿਤਸਰ ਕੇ ਪ੍ਰਮੁੱਖ ਇੰਦਰਾਨੁਜ ਦਾਸ ਪ੍ਰਭੂ ਨੇ ਦੀ। ਉਹਨੇ ਬਤਾਇਆ ਕਿ ਸ਼੍ਰੀ ਜਗਨਨਾਥ ਕਥਾ ਅੰਮ੍ਰਿਤਸਰ ਮੇਂ ਪਹਿਲੀ ਵਾਰ ਹੋ ਰਹੀ ਹੈ। ਇਸ ਕਥਾ ਸੇ ਭਗਵਾਨ ਕੀ ਲੀਲਾਓਂ ਕੇ ਰਹੱਸਯ ਕਾ ਪਤਾ ਚੜੇਗਾ। ਇਸ ਕਥਾ ਕੇ ਦੌਰਾਨ ਭਗਵਾਨ ਜਗਨਨਾਥ ਜੀ ਕਾ ਭਵਯ ਦਰਬਾਰ ਬਣਾਇਆ ਜਾਏਗਾ ਤਥਾ ਭਗਵਾਨ ਸ਼੍ਰੀ ਜਗਨਨਾਥ ਜੀ ਕੋ 56 ਭੋਗ ਕੇ ਲੀਏ ਭਗਵਾਨ ਜਗਨਨਾਥ ਜੀ ਕੀ ਪਾਵਨ ਧਰਤੀ ਸੇ ਰਸੋਈਏ ਆਏਂਗੇ। ਇਸਕਾਨ ਕੀ ਸੋਸ਼ਲ ਐਡਵਾਈਜ਼ਰੀ ਫੋਰਮ ਤਥਾ ਸ਼ਹਿਰ ਕੇ ਸਭੀ ਲੋਕ ਪ੍ਰਬੰਧ ਕਰ ਰਹੇ ਹੈ। ਪ੍ਰਤੀ ਦਿਨ ਜਗਨਨਾਥ ਲੀਲਾ ਨਾਟਕ ਇਸਕਾਨ ਮਾਰੀਸ਼ਸ ਕੇ ਭਕਤੋਂ ਦੁਆਰਾ ਕੀ ਚਾਹੇ ਕਿ ਭਗਵਾਨ ਸ਼੍ਰੀ ਜਗਨਨਾਥ ਜੀ ਜਗਤ ਕੇ ਨਾਥ ਹੈ, ਸਭੀ ਧਰਮੋਂ ਕੇ ਲੋਕ ਉਨਕੇ ਸਾਥ ਜੁੜੇ ਹੋਏ ਹੈ। ਭਗਵਾਨ ਜਗਨਨਾਥ ਕੀ ਕਥਾ ਆਪਸੀ ਭਾਈਚਾਰੇ ਕਾ ਪ੍ਰਤੀਕ ਹੈ। ਭਗਵਾਨ ਸ਼੍ਰੀ ਜਗਨਨਾਥ ਕੀ ਕਥਾ ਸੇ ਸਭੀ ਕਾ
कल्याण है। वहीं उन्होंने बताया कि परम पूज्य इस्कॉन के प्रमुख नव योगेंद्र स्वामी जी महाराज शील प्रभुपाद के अग्रिम शिष्यों में से एक थे। वे आज भी 70 वर्ष की आयु में देश विदेश में श्रीमद् भागवत कथा, राम कथा तथा भजन संध्या का लोगों को महाप्रभु के नाम के साथ जोड़ रहे हैं। इस अवसर पर इस्कॉन सोशल एडवाइजरी के राजीव अनेजा ने कहा कि इस कथा से लोगों के भीतर नई चेतना पैदा होगी, सभी लोग इस कथा में जरूर शामिल हो। इस अवसर पर राजीव अनेजा, विकासवाही धनीराम भी उपस्थित रहे। अमृतसर से हलचल के लिए सुनील खोसला की रिपोर्ट। फ्रेंड्स का उद्देश्य यही है कि हम सारे शहर वासियों को सूचित करना चाहते हैं कि अंतर्राष्ट्रीय कृषि महामंडल संघ इस्कॉन अमृतसर की ओर से प्रथम बार जगन्नाथ कथा का आयोजन किया गया है। ये कथा 1 तारीख से 3 तारीख तक होगी, सायंकाल 5:30 से 9 बजे तक, और ये इम्प्रूवमेंट ट्रस्ट कम्युनिटी हॉल में संपन्न किया जाएगा। इस कथा के लिए जो कथा व्यास हैं, जो कथा करने वाले हैं, वो हमारे परम आदरणीय है पूज्य गुरु महाराज इस होलीनेस नवगेन स्वामी जी महाराज, इस्कॉन के एक वरिष्ठ सन्यासी और आध्यात्मिक गुरु हैं, वो पधार रहे हैं और वो कल पधारेंगे यहाँ दोपहर में। और ये कथा में जगन्नाथ भगवान की लीलाएं, जिनके बारे में लोगों को इतना मालूम नहीं है, वो सब उजागर की जाएगी। जगन्नाथ जगत के नाथ हैं, उसमें वो कोई भेदभाव नहीं करते हैं, उनके सामने सब एक समान हैं। उनके मुसलमान भक्त भी हुए हैं, उनके ईसाई भक्त भी हुए हैं। ऐसी सुंदर लीलाएं समाज के सामने प्रस्तुत की जाएंगे, जिससे आपसी भाईचारा, सहयोग और ईश्वरीय प्रेम सबके अंदर बढ़े, और इस कथा के उपरांत सबको जगन्नाथ जी का प्रसाद मिलेगा। सायंकाल सबके लिए प्रीति भोज है, और इस कार्यक्रम के लिए विशेष तौर पे अपना जगन्नाथपुरी से कुछ भक्तगण आ रहे हैं, जो जगन्नाथ जी के सेवक हैं, वो यहाँ उनके लिए प्रसाद बनाएंगे, 56 भोग बनाएंगे, और ये सब वहाँ उपस्थित होंगे। और सारे शहर के गणमान्य लोग पधार रहे हैं। हमारे इस्कॉन की जो सोशल एडवाइजरी फोरम हमने जो बनाया है, उसके कार्यकर्ता एवं नवयुगेन स्वामी शिष्य समूह के कार्यकर्ता, ये सब लोग मिल करके इस कथा को जो है एक रूपरेखा दे रहे हैं और इसमें सहयोग कर रहे हैं। अन्य तीनों मंदिर, लक्ष्मण सर इस्कॉन, लक्ष्मण सर इस्कॉन बीरबलपुरा गौशाला और इस्कॉन वृंदावन गार्डन के सारे भक्तगण जो हैं, सारी कॉन्ग्रीगेशन इसमें लग रही है बड़े जोर शोर से, और प्रभु का गुणगान, हरिनाम संकीर्तन सब आयोजित किया जाएगा। और भव्य श्रृंगार है जगन्नाथ जी का, जगन्नाथ जी का जो ऑल्टर है वो बड़ा भव्य श्रृंगार होगा। तो आप सभी लोग शहरवासियों से निवेदन है कि आप आए, कुछ समय के लिए आए, लेकिन आए जरूर, दर्शन करके जाएं, जगन्नाथ जी की कृपा प्राप्त करें। हमारे साथ यहाँ उपस्थित हैं इस प्रेस कॉन्फ्रेंस में अपना पंजाब के व्यापार मंडल के प्रमुख श्रीमान राजीव अनेजा जी, और हमारे मंदिर के टेंपल मैनेजमेंट कमेटी के श्री विकास वाही जी, और ये सारा जो कार्यक्रम है इसका संचालन में मुख्य जो व्यक्ति हैं वो श्री धनीराम जी पधारे हैं। तो हम सब यही मंगल कामना करते हैं कि ये कथा सबको प्रभावित करे और सभी को भक्ति में लगाए। कौन मंदिर वालों एक बड़ा ही उपराला किया जा रहा है
ਜਗਨਨਾਥ ਕਥਾਮ੍ਰਿਤ ਮਹੋਤਸਵ ਦਾ ਜਿਹੜਾ ਵਿਸ਼ੇਸ਼ ਆਯੋਜਨ ਇਸਕੋਨ ਮੰਦਿਰ ਵੱਲੋਂ 1-2-3 ਦਸੰਬਰ ਨੂੰ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਸਾਡੇ ਮਹਾਰਾਜ ਜੀ ਨਵ ਯੁਗਿੰਦਰ ਸਵਾਮੀ ਜੀ ਕਥਾ ਕਰਨਗੇ ਅਤੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਰੇ 5:30 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜਾ ਕਥਾ ਦਾ ਪ੍ਰਸਾਰਣ ਚੱਲੇਗਾ ਉਹ ਸਾਰੇ ਆਉਣ ਅਤੇ ਆਪਣਾ ਕਥਾ ਵਿੱਚ ਹਿੱਸਾ ਲੈਣ ਅਤੇ ਉਸ ਦੇ ਆਗੇ ਬਣਨ। ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਇੱਕ ਅਪੀਲ ਹੈ ਕਿ ਪ੍ਰਸ਼ਾਦ ਦਾ ਵੀ ਸਾਰਾ ਆਯੋਜਨ ਉੱਥੇ ਕੀਤਾ ਗਿਆ ਵਾ, ਸਾਰੇ ਅੰਮ੍ਰਿਤਸਰ ਇਸ ਲੈਣ। ਸ਼੍ਰੀ ਜਗਨਨਾਥ ਕਥਾ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਇੱਕ ਬੜਾ ਵੱਡਾ ਉਪਰਾਲਾ ਹੈ ਜਿਹਦੇ ਵਿੱਚ ਮੈਂ ਸਮਝਦਾ ਹਾਂ ਕਿ ਸਾਰੇ ਅੰਮ੍ਰਿਤਸਰ ਨੂੰ ਵੱਧ ਚੜ੍ਹ ਕੇ ਭਾਗ ਜਾਣਾ ਚਾਹੀਦਾ। ਔਰ ਅਬ ਅੰਤ ਮੈਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। ਤਰਨ ਤਾਰਨ ਪੁਲਿਸ ਔਰ ਲੁਟੇਰੋਂ ਕੇ ਬੀਚ ਹੋਈ ਮੁਠਭੇੜ, ਗੋਲੀ ਲਗਨੇ ਸੇ ਇੱਕ ਲੁਟੇਰਾ ਹੋਆ ਘਾਇਲ, ਦੂਸਰਾ ਫਰਾਰ। ਅੰਮ੍ਰਿਤਸਰ ਕੇ ਗੁਰੂ ਨਾਨਕਪੁਰਾ ਮੇ ਦੋ ਪਕਸ਼ੋਂ ਮੇ ਪੁਰਾਣੀ ਰੰਜਿਸ਼ ਕੋ ਲੇਕਰ ਚਲੀ ਗੋਲੀਆਂ, ਦੋਨੋਂ ਪਕਸ਼ੋਂ ਕੇ ਲੋਕ ਹੋਏ ਗੰਭੀਰ ਘਾਇਲ। ਅੰਮ੍ਰਿਤਸਰ ਕੇ ਥਾਣਾ ਗੇਟ ਹਕੀਮਾ ਕੇ ਅਧੀਨ ਆਤੀ ਪੁਲਿਸ ਚੌਂਕੀ ਗੁਰਬਖਸ਼ ਨਗਰ ਕੇ ਨਜ਼ਦੀਕ ਹੋਆ ਧਮਾਕਾ, ਪੁਲਿਸ ਜਾਂਚ ਵਿੱਚ। ਇਸਕੇ ਸਾਥ ਹੀ ਅਬ ਤੱਕ ਕੀ ਗਤੀਵਿਧੀਆਂ ਸਮਾਪਤ ਹੋਤੀ ਹੈਂ ਔਰ ਤਾਜ਼ਾ ਜਾਣਕਾਰੀ ਕੇ ਲਈ ਦੇਖਤੇ ਰਹੀਏ ਹਲਚਲ।